ਸਤਿ ਸ਼੍ਰੀ ਅਕਾਲ, ਸਵਾਗਤ ਜੀ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਰੋਹੀ ਜੀ ਮੇਰੇ ਨਾਲ ਨੇ ESS ਗਲੋਬਲ ਤੋਂ। ਗੱਲਬਾਤ ਦਾ ਵਿਸ਼ਾ ਹੈਗਾ ਜੀ ਸੈਮੀਨਾਰ। ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਸੈਮੀਨਾਰ ਚੱਲ ਰਹੇ ਨੇ, ਸੋ ESS ਨੇ ਵੀ ਉਪਰਾਲਾ ਕੀਤਾ। ਪਰ ਮੈਂ ਇਹ ਸੈਮੀਨਾਰਾਂ ਬਾਰੇ ਸਪੈਸ਼ਲੀ ਕੁਐਸਚਨ ਜਿਹੜਾ ਹੈਗਾ ਜ਼ਰੂਰ ਇਹਨਾਂ ਨੂੰ ਕਰੂੰਗਾ ਕਿ ਬੱਚਾ ਸੰਸੀਅਰ ਹੈ ਸੈਮੀਨਾਰਾਂ ਪ੍ਰਤੀ, ਕਿ ਸੈਮੀਨਾਰਾਂ ਦੇ ਵਿੱਚ ਆ ਕੇ ਆਪਣੀ ਫਾਈਲ ਫੜਾਉਣ ਲਈ ਜਾਂ ਅਵੇਅਰਨੈਸ ਲਈ ਕੁਐਸਚਨ ਕਰਦਾ ਹੈ, ਜਾਂ ਅੱਜ ਵੀ ਉਹਦੇ ਲਈ ਇੱਕ ਮੇਲੇ ਦਾ ਰੂਪ ਹੈ ਇਹ। ਅੱਜ ਏ ਕੰਪਨੀ ਕੋਲ ਚਲੇ ਗਏ, ਕੱਲ੍ਹ ਬੀ ਕੋਲ, ਫਿਰ ਸੀ ਕੋਲ, ਇੱਕ ਇੱਕ ਸ਼ਹਿਰ ਦੇ ਵਿੱਚ ਇੱਕ ਇੱਕ ਦਿਨ 'ਚ ਚਾਰ ਚਾਰ ਜਿਹੜੇ ਸੈਮੀਨਾਰ ਜਾਂ ਮੇਲੇ ਹੁੰਦੇ ਨੇ, ਫਿਰ ਉਸ ਤੋਂ ਬਾਅਦ ਲਗਾਤਾਰ ਮਹੀਨਾ ਮਹੀਨਾ ਦੋ ਦੋ ਮਹੀਨੇ ਚੱਲਦੇ ਰਹਿੰਦੇ ਨੇ। ਸੋ ਇਹਨਾਂ ਸੈਮੀਨਾਰਾਂ ਦਾ ਜਿਹੜਾ ਲਾਭ ਹੈਗਾ ਕਿ ਸਟੂਡੈਂਟਸ ਨੂੰ ਕਿਵੇਂ ਲੈਣਾ ਚਾਹੀਦਾ, ਇਹਨਾਂ ਨੂੰ ਲਾਈਟ ਨਹੀਂ ਲੈਣਾ ਚਾਹੀਦਾ, ਇੱਕ ਕੈਂਡੀਡੇਟਸ ਲਈ ਕਿਵੇਂ ਲਾਹੇਵੰਦ ਹੁੰਦੇ ਨੇ ਇਹ ਵਿਸ਼ਾ ਹੋਊਗਾ। ਅਤੇ ਨਾਲੋਂ ਨਾਲ ਜੇ ਤੁਸੀਂ ਆਪਣਾ ਕੋਈ ਕੁਐਸਚਨਸ ਕਰਨਾ ਚਾਹੁੰਦੇ ਹੋ, ਨੰਬਰ ਫਲੈਸ਼ ਕੀਤੇ ਹੋਏ ਨੇ, ESS ਗਲੋਬਲ ਦੀ ਸਮੁੱਚੀ ਟੀਮ ਇਸ ਵਕਤ ਬੈਠੀ ਹੈ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ। ਰੋਹਿਤ ਜੀ, ਸਵਾਗਤ ਤੁਹਾਡਾ ਸਭ ਤੋਂ ਪਹਿਲਾਂ। ਥੈਂਕ ਯੂ ਵੈਰੀ ਮੱਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। 8 ਤਰੀਕ ਨੂੰ ਅੰਮ੍ਰਿਤਸਰ ਹੈ ਜੀ, ਇੱਕ ਡੇਟਾ ਨੋਟ ਕਰ ਲਓ। ਵੈਸੇ ਟੀਵੀ ਸਕਰੀਨ ਤੇ ਪੂਰੀ ਡੇਟਸ ਜਿਹੜੀ ਹੈਗੀ ਉਹਦੀ ਡਿਟੇਲ ਚੱਲ ਰਹੀ ਹੈ। 8 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਹੈ, 9 ਨੂੰ ਜਲੰਧਰ, 10 ਨੂੰ ਲੁਧਿਆਣਾ, 11 ਨੂੰ ਬਠਿੰਡਾ, 12 ਨੂੰ ਪਟਿਆਲਾ ਅਤੇ 13 ਤਰੀਕ ਨੂੰ ਜਿਹੜਾ ਹੈਗਾ ਚੰਡੀਗੜ੍ਹ ਸੈਮੀਨਾਰ ਕੀਤੇ ਜਾਣਗੇ। ਰੋਹਿਤ ਜੀ, ਪਹਿਲਾ ਕੁਐਸਚਨ, ਜਿਵੇਂ ਤੁਸੀਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਲੈ ਕੇ ਆ ਰਹੇ ਹੋ, ਸਟੂਡੈਂਟ ਵੀਜ਼ਾ ਹੈਗਾ, ਇਨਵੈਸਟਮੈਂਟ ਬਾਰੇ ਲੋਕ ਨੇ, PR ਹੈਗੀ ਹੈ, ਹਰ ਤਰ੍ਹਾਂ ਦਾ ਜਿਹੜਾ ਕੈਟਾਗਰੀ ਹੈਗੀ ਹੈ, ਦੇਸ਼ ਵੀ ਮੇਰੇ ਖਿਆਲ ਲਗਭਗ ਸਾਰੇ ਨੇ, ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, UK, ਯੂਰਪ। ਆਪਾਂ ਸਟੂਡੈਂਟ ਦੀ ਪਹਿਲਾਂ ਵਨ ਬਾਏ ਵਨ ਗੱਲ ਕਰ ਲਈਏ। ਸਟੂਡੈਂਟ ਜਿਹੜਾ ਹੈਗਾ ਉਹ ਅੱਜ ਇਹ ਕੰਪਨੀ, ਮੇਰੀ ਆਪਣੀ ਕੰਪਨੀ ਹੈ, ਮੈਂ ਤੁਹਾਡੇ ਤੋਂ 4 ਦਿਨ ਪਹਿਲਾਂ ਕਰ ਲਏ, ਉਹੀ ਬੱਚਾ ਉਹ ਹਰੀ ਪੱਗ ਬੰਨ ਕੇ ਲਾਲ ਕਮੀਜ਼ ਪਾ ਕੇ ਮੇਰੇ ਕੋਲ ਹੁੰਦਾ ਹੈ, ਅਤੇ ਪੀਲੀ ਕਮੀਜ਼ ਪਾ ਕੇ ਲਾਲ ਪੱਗ ਬੰਨ ਕੇ ਉਹ ਤੁਹਾਡੇ ਕੋਲ ਹੁੰਦਾ ਹੈ ਨਾ। ਬਿਲਕੁਲ ਜੀ, ਉਹ ਕੁਐਸਚਨ ਵੀ ਸੇਮ ਲਈ ਫਿਰਦਾ ਹੁੰਦਾ ਹੈ। ਬਿਲਕੁਲ ਜੀ, ਕੀ ਉਹ ਇੱਕ ਕੰਸਲਟੈਂਟਸ ਤੋਂ ਸੈਟੀਸਫਾਈਡ ਨਹੀਂ ਹੁੰਦਾ ਜਾਂ ਡਾਊਟ ਹੈ ਉਹਨੂੰ? ਦੇਖੋ, ਇੱਥੇ ਇੱਕ ਸਿੰਪਲ ਚੀਜ਼ ਜਾਂਦੀ ਹੈ, ਵਿੰਡੋ ਸ਼ਾਪਿੰਗ ਹਰ ਕੋਈ ਕਰਦਾ, ਚਾਹੇ ਉਹ ਕੱਪੜਿਆਂ ਦੀ ਹੋਵੇ ਜਾਂ ਐਜੂਕੇਸ਼ਨ ਦੀ ਹੋਵੇ, ਔਰ ਜਿਹਨੂੰ ਕਹਿੰਦੇ ਸੈਕਿੰਡ ਰਾਏ ਲੈਣਾ, ਤੀਜੀ ਰਾਏ ਲੈਣਾ, ਅਤੇ ਅੱਜ ਦੇ ਦੌਰ ਦੇ ਵਿੱਚ ਜਦ ਅਪ੍ਰੈਲ ਚੜ੍ਹਦਾ ਹੈ ਤਾਂ ਸੈਮੀਨਾਰ ਦੀ ਲੜੀ ਸ਼ੁਰੂ ਹੋ ਜਾਂਦੀ ਹੈ। ਸਿਰਫ ਤਰੀਕਾ ਦਾ ਫਰਕ ਰਹਿੰਦਾ, ਅੱਜ ਇੱਕ ਚੰਡੀਗੜ੍ਹ ਹੋ ਰਿਹਾ ਤੇ ਪੈਰਲਲ ਇੱਕ ਲੁਧਿਆਣੇ ਵੀ ਹੋ ਰਿਹਾ, ਗੈਸਟ ਵੀ ਸੇਮ ਹੀ ਹੁੰਦੇ, ਗੈਸਟ ਵੀ ਸੇਮ ਹੀ ਹੁੰਦੇ, ਕਿਉਂਕਿ ਉਹ ਬਾਹਰੋਂ ਆਉਂਦੇ ਟਾਈ ਬਦਲੀ ਹੁੰਦੀ ਹੈ। ਐਬਸੋਲੂਟਲੀ, ਬਿਲਕੁਲ ਜੀ। ਤਾਂ ਉੱਥੇ ਬੱਚਾ, ਜਿਵੇਂ ਦੱਸਿਆ ਨਾ ਪਹਿਲੇ ਕਈ ਪ੍ਰੋਗਰਾਮਾਂ ਦੇ ਵਿੱਚ ਦੱਸਿਆ, ਇੱਕ ਹਾਂ ਦੀ ਵੇਟ ਕਰਦਾ ਹੁੰਦਾ, ਬਸ ਕੋਈ ਮੈਨੂੰ ਹਾਂ ਕਰੇ ਤਾਂ ਮੈਂ ਕਾਗਜ਼ ਫੜਾਵਾਂ, ਅਤੇ ਉਹ ਬੱਚਾ ਤੁਹਾਨੂੰ ਜ਼ਿਆਦਾ ਮਿਲੇਗਾ ਇਹਨਾਂ ਸੈਮੀਨਾਰਾਂ ਦੇ ਵਿੱਚ ਜੋ ਵਿੰਡੋ ਸ਼ਾਪਿੰਗ ਕਰਦਾ ਹੈ। ਇਨਫੋਰਮੇਸ਼ਨ ਤਾਂ ਸੇਮ ਰਹਿੰਦੀ ਹੈ, ਕਿਉਂਕਿ ਬੰਦੇ ਦੇਣ ਵਾਲੇ ਇਨਫੋਰਮੇਸ਼ਨ ਸੇਮ ਹੈ। ਇਹ ਕਿੰਨੀ ਵਾਰ ਹੋਇਆ ਪਾਸ ਦੇ ਵਿੱਚ, ਅਸੀਂ ਇੱਕ ਸੈਮੀਨਾਰ ਚੰਡੀਗੜ੍ਹ ਕੀਤਾ ਹੈ ਅਤੇ ਉਹੀ ਬੱਚਾ ਸਾਡੇ ਕੋਲ ਜਲੰਧਰ ਤੱਕ ਆ ਜਾਂਦਾ ਅਗਲੇ ਦਿਨ ਸੈਮੀਨਾਰ ਦੇ ਵਿੱਚ, ਕੁਛ ਕੁਸ਼ਚਨ ਦਿਮਾਗ 'ਚ ਹੁੰਦੇ ਆ ਜਾਂ ਕਿ ਨਵੀਂ ਕੁਐਰੀ ਬਣ ਕੇ ਆਉਂਦਾ। ਤਾਂ ਚੀਜ਼ਾਂ ਬੇਸਿਕਲੀ ਸਿਰਫ ਟਾਈਮ ਵੇਸਟ ਕਰਦੀਆਂ ਬੱਚੇ ਦਾ। ਜਦ ਇੱਕ ਕੰਸਲਟੈਂਟ ਚੁਣ ਲਿਆ, ਕਾਗਜ਼ ਫੜਾ ਤੇ, ਦੂਜੇ ਸੈਮੀਨਾਰ ਆ ਕੇ ਬੰਦਾ ਇੱਕ ਛੋਟੀ, ਦੇਖੋ ਹਰ ਚੀਜ਼ ਦਾ, ਹਰ ਕਾਉਂਸਲਰ ਦਾ ਗੱਲ ਕਰਨ ਦਾ ਤਰੀਕਾ ਵੱਖਰਾ ਹੁੰਦਾ। ਮੈਂ ਤਾਂ ਸਿੰਪਲ ਜਿਹੀ ਇੱਕ ਰਿਕੁਐਸਟ ਕਰਦਾ ਹੈਗਾ, ਜੇ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਮਿਲੇ, ਤੁਸੀਂ ਕਾਗਜ਼ ਕਿਸੇ ਕੰਸਲਟੈਂਟ ਨੂੰ ਨਹੀਂ ਫੜਾਏ ਐਡਮਿਸ਼ਨ ਵਾਸਤੇ, ਤਾਂ ਅਗਲੇ ਸੈਮੀਨਾਰ ਵਾਲੇ ਪਾਸੇ ਜਾਓ। ਜੇ ਇੱਕ ਵਾਰ ਇੱਕ ਕੰਸਲਟੈਂਟ 'ਤੇ ਭਰੋਸਾ ਕਰਕੇ ਤੁਸੀਂ ਅੱਗੇ ਕੰਮ ਤੋਰਤਾ, ਤਾਂ ਫਿਰ ਤੁਸੀਂ ਆਪ ਹੀ ਕਨਫਿਊਜ਼ ਹੋਵੋਗੇ। ਅੱਜ ਨਹੀਂ, ਆਫਰ ਲੈਟਰ ਆਉਣ ਤੋਂ ਬਾਅਦ ਵੀ ਫਿਰ ਵੀ ਤੁਹਾਡੀ ਉਹ ਡਬਲ ਚੈੱਕ ਕਰਨ ਵਾਲੀ ਆਦਤ ਜਾਏਗੀ ਨਹੀਂ, ਮੈਂ ਇਹ ਤੋਂ ਚੈੱਕ ਕਰਨਾ, ਇਹਨੇ ਮੈਨੂੰ ਸੈਮੀਨਾਰ 'ਚ ਆਹ ਚੀਜ਼ ਕਹੀ ਸੀ। ਉਹੋ ਜਿਹੀ ਪ੍ਰੋਫਾਈਲ, ਮੇਰਾ ਐਕਸਪੀਰੀਅੰਸ ਕਹਿੰਦਾ, ਸਿਰਫ ਔਰ ਸਿਰਫ ਬੋਂਦਲ ਜਾਂਦੀ ਹੈ, ਅਤੇ ਐਂਡ 'ਚ ਕਿਤੇ ਨਾ ਕਿਤੇ ਰਿਜੈਕਸ਼ਨ ਲਵਾ ਕੇ ਬਹਿ ਜਾਂਦੀ ਹੈ, ਕਿਉਂਕਿ ਉਹ ਬਹੁਤ ਸਾਰੇ ਲੋਕਾਂ ਦੀ ਸਲਾਹ ਮੰਨਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਕਾਗਜ਼ ਇੱਕ ਕੋਲ ਹੈ, ਜਿਹਦੇ ਕੋਲ ਉਹਦੇ ਕਾਗਜ਼, ਉਹਨੇ ਆਪਣੇ ਤਰੀਕੇ ਨਾਲ ਫਾਈਲ ਬਣਾਉਣੀ ਹੈ, ਦੂਜੇ ਕੰਸਲਟੈਂਟ ਤਰੀਕੇ ਨਾਲ ਫਾਈਲ ਨਹੀਂ ਬਣਾਉਣੀ ਹੈਗੀ। ਤਾਂ ਇਹ ਚੀਜ਼ ਬੱਚੇ ਨੂੰ ਆਪਣੇ ਅੰਦਰ ਅਡਾਪਟ ਕਰਨੀ ਹੈ। ਇੱਕ ਵਾਰ ਭਰੋਸਾ ਹੋ ਗਿਆ, ਕਾਗਜ਼ ਫੜਾ ਤੇ, ਸਿਟ ਬੈਕ ਐਂਡ ਰਿਲੈਕਸ ਆਣੇ, ਅਗਲੇ ਪ੍ਰੋਸੈਸ ਦੀ ਵੇਟ ਕਰੋ। ਹਾਂ, ਜੇ ਤੁਹਾਨੂੰ ਲੱਗਦਾ ਹੈ ਦੂਜੇ ਕੰਸਲਟੈਂਟ ਦੀ ਰਾਏ ਜ਼ਿਆਦਾ ਗਰਾਊਂਡ ਰਿਐਲਿਟੀ ਨਾਲ ਜੁੜੀ ਹੋਈ ਹੈ ਅਤੇ ਤੁਸੀਂ ਜ਼ਿਆਦਾ ਕਨੈਕਟ ਕਰ ਪਾਉਂਦੇ ਹੋ ਉਸ ਚੀਜ਼ ਦੇ ਨਾਲ, ਤਾਂ ਡੈਫੀਨੇਟਲੀ ਤੁਹਾਡਾ ਰਾਈਟ ਹੈਗਾ ਇੱਕ ਸਟੂਡੈਂਟ ਦਾ ਅਗਲੇ ਸੈਮੀਨਾਰ ਜਾ ਕੇ ਜਾਂ ਉਸ ਤੋਂ ਅਗਲੇ ਸੈਮੀਨਾਰ ਜਾ ਕੇ ਆਪਣਾ ਕੰਸਲਟੈਂਟ ਦੀ ਚੋਣ ਕਰਨ। ਜੀ, ਜਿੰਨੇ ਬੱਚੇ ਨੇ, ਇਹ ਸਾਡਾ ਕੋਈ ਮਜ਼ਾਕ ਦਾ ਪਾਤਰ ਨਹੀਂ ਸੀ ਜਾਂ ਕਿਸੇ ਟੌਂਟ ਨਹੀਂ ਕਰ ਰਹੇ, ਪਰ ਇਹ ਸੱਚ ਇੱਕ ਰਿਐਲਿਟੀ ਹੈ ਪੰਜਾਬ ਦੇ ਵਿੱਚ, ਬੜੀ ਤ੍ਰਾਸਦੀ ਵਾਪਰ ਰਹੀ ਹੈ ਕਿ ਜੇ 100 ਬੱਚਾ ਤਾਂ 100 ਸਾਰਿਆਂ ਕੋਲ ਰੋਟੇਟ ਹੁੰਦਾ, 90 ਹੁੰਦੇ, 80 ਹੁੰਦੇ ਆ, ਕਣਕਾਂ ਦਾ ਸੀਜ਼ਨ ਆ ਗਿਆ, ਕੋਈ ਕਿਸੇ ਹੋਰ ਕਾਰਨ, ਵੱਖਰੀ ਗੱਲ ਹੈ ਕਿ ਨਹੀਂ ਜਾ ਪਾਇਆ, ਪਰ ਬੱਚੇ ਉਹੀ ਨੇ। ਹੁਣ ਜਦੋਂ ਅਸੀਂ ਵੱਲ ਵੱਖ ਵੱਖ ਕੈਟਾਗਰੀ ਦੀ ਗੱਲ ਕਰਦੇ ਹਾਂ ਤਾਂ ਸਟੱਡੀ ਨੂੰ ਲਈਏ, ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਰੋਹਿਤ ਜੀ, ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਕਿ ਬਹੁਤੇ ਲੋਕਾਂ ਕੋਲ ਸੀਟਾਂ ਨਹੀਂ ਹੈਗੀਆਂ। ਕੁਝ ਚੰਦ 5-10 ਚੰਗੇ ਕੰਸਲਟੈਂਟਸ ਨੇ ਜਿਨ੍ਹਾਂ ਨੇ ਕਾਲਜਾਂ ਨਾਲ ਟਾਈ ਅਪ ਕੀਤੇ ਆ, ਬੱਚਾ ਕਦੇ ਵੀ ਚਲਾ ਜਾਵੇ, ਐਡਮਿਸ਼ਨ ਜਿਹੜੀ ਹੈਗੀ ਮਿਲ ਜਾਂਦੀ ਹੈ, ਨਹੀਂ ਤਾਂ ਮਹੀਨਾ, ਦੋ ਮਹੀਨੇ ਜਾਂ 3-3 ਮਹੀਨੇ ਜਿਹੜਾ ਹੈਗਾ। ਸੋ ਪਹਿਲਾਂ ਕੈਨੇਡਾ ਦੀ ਗੱਲ ਕਰ ਲਈਏ, ਸਟੱਡੀ ਵੀਜ਼ੇ ਦੀ, ਇਹਦੇ ਬਾਰੇ ਕੀ ਕਹਿਣਾ ਤੁਹਾਡਾ ਸੈਮੀਨਾਰਾਂ ਵਿੱਚ? ਦੇਖੋ, ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਚੀਜ਼ ਮੈਂ ਦੱਸਣਾ ਚਾਹਾਂਗਾ। ਆਹ ਸੈਮੀਨਾਰ ਦਾ ਜਿਹੜਾ ਇੱਕ ਮੋਟਿਵ ਹੈਗਾ ਜਾਂ ਇੰਟੈਂਸ਼ਨ ਹੈਗੀ ਹੈ, ਉਹ ਪਿਛਲੇ
ਹਾਇਰ ਐਜੂਕੇਸ਼ਨ ਦੀ ਇਨਫੋਰਮੇਸ਼ਨ 12ਵੀਂ ਤੋਂ ਬਾਅਦ ਜਿਹੜਾ ਬੱਚਾ ਜਾਂਦਾ ਹੈਗਾ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕਿਸੇ ਦੇਸ਼ਾਂ 'ਚ ਜਾਣਾ ਚਾਹੁੰਦਾ ਉਹ, ਪਲੱਸ ਐਕਸਪ੍ਰੈਸ ਐਂਟਰੀ ਕੈਨੇਡਾ ਦੀ, ਇਮੀਗ੍ਰੇਸ਼ਨ ਆਸਟ੍ਰੇਲੀਆ ਦੀ, ਉਸ ਤੋਂ ਇਲਾਵਾ ਇਨਵੈਸਟਰ ਐਂਡ ਫਾਰਮਰ ਕੈਟੇਗਰੀ ਕੈਨੇਡਾ ਦੀ, ਐਂਟਰਪ੍ਰੀਨਿਓਰ ਇਨਵੈਸਟਰ ਕੈਟੇਗਰੀ ਨਿਊਜ਼ੀਲੈਂਡ ਐਂਡ ਯੂਕੇ ਦੀ, ਤਾਂ ਸਾਰਾ ਕੁਛ ਅਸੀਂ ਇੱਕ ਰੂਫ ਦੇ ਹੇਠਾਂ ਲੈ ਕੇ ਆ ਰਹੇ ਹਾਂ। ਇੱਕ ਕੋਸ਼ਿਸ਼ ਹੈਗੀ ਹੈ ਹਰੇਕ ਉਸ ਪ੍ਰਸਪੈਕਟਿਵ ਇਨਕੁਆਇਰੀ ਨੂੰ ਜਾਂ ਕਲਾਇੰਟ ਨੂੰ ਜਾਂ ਇੱਕ ਬਾਹਰ ਜਾਣ ਵਾਲੇ ਚਾਹਵਾਨ ਨੂੰ, ਚਾਹੇ ਉਹਦੇ ਛੋਟੇ ਬੱਚੇ ਹੈ, ਉਹਨਾਂ ਵਾਸਤੇ ਉਹਨੇ ਫਾਊਂਡੇਸ਼ਨ ਲੈਣੀ ਹੈ, 12ਵੀਂ ਤੋਂ ਬਾਅਦ ਬੱਚਾ ਜਾਣਾ ਚਾਹੁੰਦਾ ਹੈ, ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਚਾਹੁੰਦਾ ਹੈ, ਵਿਆਹ ਕਰਾ ਕੇ ਜਾਣਾ ਚਾਹੁੰਦਾ ਹੈ, ਔਰ ਜਿਹਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਦੀ ਹੈ ਉਹ, ਜਾਂ ਜਿਹਦੀ ਉਮਰ ਨਿਕਲ ਚੁੱਕੀ ਹੈ ਇਮੀਗ੍ਰੇਸ਼ਨ ਹੋਣ ਦੀ ਪੁਆਇੰਟ ਬੇਸ ਉੱਤੇ, ਅਤੇ ਉਹਨਾਂ ਕੋਲ ਪੈਸੇ ਆ ਇਨਵੈਸਟ ਕਰਨ ਲਈ, ਇਹ ਸਾਰੇ ਸੈਗਮੈਂਟ ਕਵਰ ਕਰਨ ਦੀ ਕੋਸ਼ਿਸ਼ ਹੈ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਅੰਡਰ ਵਨ ਰੂਫ, ਜਿਹੜਾ ਕਿ ESS ਗਲੋਬਲ ਦੇ ਵੱਖਰੇ ਵੱਖਰੇ 6 ਆਫਿਸ ਹੈ ਉਹਨਾਂ ਦੇ ਵਿੱਚ। ਤਾਂ ਇੱਕ ਕੋਸ਼ਿਸ਼ ਹੈ ਹਰੇਕ ਪਰਿਵਾਰ ਨੂੰ, ਹਰੇਕ ਇਨਫੋਰਮੇਸ਼ਨ, ਹਰੇਕ ਕਲਾਇੰਟ ਨੂੰ ਇਨਫੋਰਮੇਸ਼ਨ ਦੇਣ ਦੀ, ਹਰੇਕ ਪਾਸਿਓਂ ਜੋ ਵੀ ਉਹਦੇ ਪਰਿਵਾਰ 'ਚ ਬੰਦਾ ਇਮੀਗ੍ਰੇਸ਼ਨ ਕਰਨ ਦੇ ਜਾਂ ਸਟੂਡੈਂਟ ਵੀਜ਼ਾ ਦੇ ਜਾਣ ਦਾ ਚਾਹਵਨ ਹੈਗਾ ਜੀ। ਜੀ, ਸੋ ਗੱਲ ਕਰੀਏ ਜੀ ਸਟੂਡੈਂਟਸ ਦੀ, ਜਿਹੜੇ ਸਟੂਡੈਂਟਸ ਜੀ ਦੀ ਅਸੀਂ ਗੱਲ ਕਰ ਰਹੇ ਸੀ ਕਿ ਐਡਮਿਸ਼ਨਸ ਦੀ ਪ੍ਰੋਬਲਮ ਆ ਰਹੀ ਹੈ, ਕੈਨੇਡਾ ਦੇ ਵਿੱਚ ਵੀ ਇਹੀ ਦਿੱਕਤ ਹੈ, ਆਸਟ੍ਰੇਲੀਆ ਦੇ ਵਿੱਚ ਵੀ ਇਹੀ ਦਿੱਕਤ ਹੈ, ਬਾਕੀ ਯੂਰਪ ਦੇ ਵਿੱਚ ਚਲੋ ਨਿਊਜ਼ੀਲੈਂਡ ਦੇ ਵਿੱਚ ਐਡਮਿਸ਼ਨਸ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਬਹੁਤੇ ਜ਼ਿਆਦਾ ਸੈਮੀਨਾਰਾਂ 'ਚ ਰਿਪ੍ਰੈਜੈਂਟੇਟਿਵ ਇਸ ਗੱਲੋਂ ਬੈਠਦੇ ਨੇ, ਹਾਂਜੀ, ਅਤੇ ਬੱਚੇ ਦੀ ਪ੍ਰੋਫਾਈਲ ਦੇ ਕੇ ਹਾਂ ਕਰ ਦਾਂਗੇ, ਹਾਂ ਦਾ ਮਤਲਬ ਇੱਕ ਕਿਸਮ ਦੀ ਐਡਮਿਸ਼ਨ ਹੀ ਹੁੰਦੀ ਹੈ, ਜਾਂ ਫਿਰ 2-4 ਦਿਨ 'ਚ ਐਡਮਿਸ਼ਨ ਦੇ ਦਾਂਗੇ। ਤਾਂ ESS ਕੀ ਕਰਨ ਜਾ ਰਿਹਾ ਸਟੂਡੈਂਟਸ ਲਈ? ਦੇਖੋ, ESS ਗਰਾਊਂਡ ਹਮੇਸ਼ਾ ਹੀ ਗਰਾਊਂਡ ਰਿਐਲਿਟੀ ਦੇ ਨਾਲ ਚੱਲਿਆ ਜੀ। ਅੱਜ ਦੀ ਡੇਟ ਦੇ ਵਿੱਚ ਅਪਡੇਟ ਕੀ ਹੈਗਾ ਉਹਨੂੰ ਸਾਡੀ ਹਮੇਸ਼ਾ ਹੀ ਇੱਕ ਐਫਰਟ ਰਹਿੰਦਾ ਹੈਗਾ ਬੱਚਿਆਂ ਤੱਕ ਪਹੁੰਚਾਉਣ ਲਈ। ਕੈਨੇਡਾ ਵਿੱਚ ਸਭ ਨੂੰ ਪਤਾ ਹੈਗਾ ਸੀਟਾਂ ਦਾ ਬੜਾ ਉੱਪਰ ਨੀਚੇ ਚੱਲ ਰਿਹਾ, ਜਿਹੜੇ ਕਿ 6 ਬੈਡ ਓਵਰਆਲ ਜਾਂ ਇਕੱਲੇ ਇਕੱਲੇ 6 ਬੈਡ ਹੈ, ਉਹਨਾਂ ਦੇ ਵਿੱਚ ਤਾਂ ਬੱਚਾ ਕਿਤੇ ਵੀ ਉਂਗਲ ਰੱਖ ਕੇ ਆਪਣੀ ਐਡਮਿਸ਼ਨ ਲੈ ਸਕਦਾ ਜੇ ਅਕੈਡਮਿਕਲੀ ਕੁਆਲੀਫਾਈ ਕਰਦਾ। ਤਾਂ ਅੱਜ ਦੀ ਇੱਕ ਨਿਊਜ਼ ਹੈ, ਜਿਵੇਂ ਕਾਲਜ ਨੇ 6 ਬੈਂਡ ਓਵਰਆਲ UG & PG ਖੋਲਤਾ, ਉਹ ਹਫ਼ਤੇ ਵਾਸਤੇ ਖੁੱਲਿਆ, ਹੁਣ ਹਫ਼ਤੇ ਵਿੱਚ ਇਹ ਕਾਲਜ ਦੁਬਾਰਾ ਬੰਦ ਹੋ ਜੂਗਾ। ਹੁਣ ਜਿਹੜਾ ਸੈਮੀਨਾਰ ਹਫ਼ਤੇ ਬਾਅਦ 'ਚ ਹੋਊਗਾ ਜਾਂ ਜਿਹੜਾ ਬੱਚਾ ਹਫ਼ਤੇ ਬਾਅਦ 'ਚ ਉਸ ਆਫਿਸ ਜਾ ਕੇ ਉਸ ਪਰਟੀਕੁਲਰ ਕਾਲਜ ਨੂੰ ਪੁੱਛੇਗਾ, ਤਾਂ ਉਹਦਾ ਆਂਸਰ ਨੋ ਹੋਣਾ, ਪਰ ਇਹੀ ਆਂਸਰ ਹਫ਼ਤੇ ਪਹਿਲਾਂ ਸੈਮੀਨਾਰ ਦੇ ਵਿੱਚ ਯੈਸ ਹੋਏਗਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਅਵੇਲੇਬਲ ਹੈ, ਹਫ਼ਤੇ ਬਾਅਦ ਅਵੇਲੇਬਲ ਨਹੀਂ ਹੋਏਗਾ। ਤਾਂ ਇਹ ਜੋ ਚੀਜ਼ਾਂ ਨੇ ਜਿਹੜੀ ਕੈਨੇਡਾ ਵਿੱਚ ਚੱਲਦੀਆਂ ਪਈਆਂ ਨੇ, ਉਸ ਵਿੱਚ ਛੋਟੀ ਜਿਹੀ ਰਿਕੁਐਸਟ ਮੈਂ ਹਰੇਕ ਬੱਚੇ ਨੂੰ ਇਹੀ ਕਹਿੰਦਾ, ਹਰੇਕ ਪੇਰੈਂਟ ਨੂੰ ਇਹੀ ਦੱਸਣ ਦੀ ਕੋਸ਼ਿਸ਼ ਕਰਦਾ, ਸਿਰਫ 47 ਕਾਲਜ ਲਈ ਸੀਮਿਤ ਨਾ ਰਹੋ, ਕਿਉਂਕਿ ਉੱਥੇ ਹੁਣ ਸਾਰਾ ਐਜੂਕੇਸ਼ਨ ਸਿਸਟਮ ਬਦਲ ਗਿਆ, ਹਾਲਾਤ ਚੇਂਜ ਹੋ ਗਏ ਹੈ, ਰੈਗੂਲੇਸ਼ਨ ਚੇਂਜ ਹੋ ਗਿਆ, ਯੂਨੀਵਰਸਿਟੀਆਂ ਦੇ ਬਹੁਤ ਸਾਰੇ ਬੱਚੇ ਜਾਂਦੇ ਪਏ ਨੇ, ਜਿਹੜਾ ਕਿ ਯੂਨੀਵਰਸਿਟੀ ਡਿਪਲੋਮੇ ਵੀ ਦਿੰਦੀ ਹੈ ਅਤੇ ਡਿਗਰੀਆਂ ਵੀ ਦਿੰਦੀਆਂ ਨੇ। ਤਾਂ ਇਹ ਸਿੰਪਲ ਚੀਜ਼ ਹੈਗੀ ਹੈ, ਜੇ ਅੱਜ ਮੇਰੀ ਇੱਥੇ ਕੁਆਲੀਫਾਈ ਨਹੀਂ ਹੁੰਦਾ, ਬਜਾਏ ਮੈਂ 6 ਮਹੀਨੇ ਵੇਟ ਕਰਾਂ ਅੱਗੇ, ਆਪਣਾ ਹੋਰ ਯੂਨੀਵਰਸਿਟੀ ਹੋਰ ਕਾਲਜ ਲੈ ਕੇ ਆਪਣੀ ਐਡਮਿਸ਼ਨ ਅਤੇ ਵੀਜ਼ਾ ਫਾਰਮੈਲਿਟੀਜ਼ ਪੂਰੀ ਕਰ ਸਕਦਾ ਹੈਗਾ ਜੀ। ਸੋ ਅੱਗੇ ਵਧੀਆ ਜੀ PR ਵੱਲ। PR ਮੈਨੂੰ ਲੱਗਦਾ ਜਿੱਥੋਂ ਤੱਕ ਜਿੰਨੇ ਕੁ ਮੈਂ ਜਾਣਕਾਰੀ ਹੈ ਜਾਂ ਜਿੰਨੇ ਕੁ ਲੋਕਾਂ ਨਾਲ ਟੱਚ ਹੈਗਾ, ਇੱਕ ਕੁਐਸਚਨ ਹੁੰਦਾ, 4 ਸਾਲ BA ਕੀਤੀ ਜਾਂ ਗ੍ਰੈਜੂਏਸ਼ਨ ਕੀਤੀ, ਉਹ ਜੋ ਪੜ੍ਹਾਈ ਨਹੀਂ ਕੀਤੀ ਨਾ, ਤਜਰਬਾ ਹੈਗਾ ਜਾਂ ਜੋਬ ਜਾਂਦੇ ਰਹੇ ਜਾਂ ਘਰ ਖੇਤੀ ਕਰਾਉਂਦੇ ਰਹੇ ਜਾਂ ਦੁਕਾਨ 'ਤੇ ਜਾਂਦੇ ਰਹੇ, ਉਹਨੂੰ ਸਟੂਡੈਂਟ ਦਿਮਾਗ 'ਚ ਬੜਿਆ ਹੋਇਆ ਰੋਹਿਤ ਜੀ ਕਹਿਣਗੇ, ਮੈਂ ਤਾਂ ਜੀ PR ਜਾ ਨਹੀਂ ਸਕਦਾ, ਮੈਨੂੰ ਤਾਂ 4 ਸਾਲ ਦਾ ਮੇਰਾ ਗੈਪ ਹੈ। ਬਿਲਕੁਲ, ਜਦੋਂ ਕਿ ਇਹ ਵਰਡ ਜਿਹੜਾ ਹੈਗਾ ਗੈਪ ਨਹੀਂ, ਜਦੋਂ PR 'ਤੇ ਜਾਣਾ ਤੁਸੀਂ ਐਕਸਪੀਰੀਅੰਸ ਜਿਹੜਾ ਹੈਗਾ ਮੰਨ ਸਕਦੇ ਹੋ, 2 ਸਾਲ ਤੋਂ ਉੱਪਰ ਵਾਲੇ ਐਕਸਪੀਰੀਅੰਸ ਦੇ ਵਿੱਚ ਬਹੁਤੇ ਦੇਸ਼ਾਂ ਦੇ ਵਿੱਚ ਜਿਹੜੇ ਪੁਆਇੰਟ ਨੇ ਉਹ ਬਣਨੇ ਜਿਹੜੇ ਸ਼ੁਰੂ ਹੋ ਜਾਂਦੇ ਨੇ। ਸੋ ਕਿਸ ਤਰ੍ਹਾਂ ਦੀ PR ਕੈਨੇਡਾ ਲਈ ਲੈ ਕੇ ਆਏ? ਦੇਖੋ, PR ਵਿੱਚ ਜਿਹੜੀ ਕੈਨੇਡਾ ਚੱਲਦੀ ਪਈ ਹੈ, ਐਕਸਪ੍ਰੈਸ ਐਂਟਰੀ ਤਾਂ ਹੈ ਹੀ ਹੈ, ਖੈਰ ਜਿਹੜਾ ਅਸੀਂ ਪਿਛਲੇ ਜਨਵਰੀ ਤੋਂ ਸ਼ੁਰੂ ਕੀਤਾ ਇਸ ਸਾਲ ਦੇ ਵਿੱਚ ਐਂਡ ਸਕਸੈਸਫੁਲ ਰਨ ਰਿਹਾ ਹਜੇ ਤੱਕ, ਬਹੁਤ ਵਧੀਆ। ਬਟ PR ਇੱਕ ਛੋਟਾ ਅਤੇ ਸਲੋ ਪ੍ਰੋਸੈਸ ਹੈ, ਜੇ ਮੈਂ ਹਰੇਕ ਪ੍ਰੋਗਰਾਮ ਦੱਸਦਾ ਰਹਿੰਦਾ, ਸਬਰ ਵਾਲਾ ਪ੍ਰੋਸੈਸ ਹੈ, ਆਈਲੈਟਸ ਦਾ ਹੈਗਾ, ITA ਆਉਂਦਾ ਐਂਡ ਬਹੁਤ ਸਾਰੇ ਫੈਕਟਰਸ ਆ। ਉਸ ਤੋਂ ਇਲਾਵਾ ਜਿਹੜਾ ਬੱਚਾ ਕਹਿੰਦਾ ਮੈਂ ਪੜ੍ਹਿਆ ਲਿਖਿਆ ਨਹੀਂ ਹੈਗਾ ਜਾਂ ਮੈਂ ਕਾਰੋਬਾਰ ਚਲਾਉਣਾ ਹੈਗਾ, ਅਤੇ ਮੈਂ ਉਸ ਕੰਟਰੀ ਦੇ ਵਿੱਚ ਇਨਵੈਸਟ ਕਰ ਸਕਦਾ ਹੈਗਾ, ਚਾਹੇ ਉਹ ਸੈਲਫ ਇੰਪਲੋਇਡ ਕੈਟੇਗਰੀ ਹੈ, ਚਾਹੇ ਉਹ ਤੁਹਾਡੀ ਇਨਵੈਸਟਮੈਂਟ ਕੈਟੇਗਰੀ ਹੈ, ਐਂਡ ਤੁਹਾਡੇ ਕੋਲ ਪੈਸੇ ਹੈਗੇ ਇਨਵੈਸਟ ਕਰਨ ਨੂੰ। ਸਾਡੇ ਸੈਮੀਨਾਰ ਦੇ ਵਿੱਚ ICCRC ਮੈਂਬਰ ਆਪ ਆ ਰਹੇ ਨੇ ਹਰੇਕ ਕੁਇਰੀ ਦਾ ਜਵਾਬ ਦੇਣ ਲਈ, ਹਰੇਕ ਪ੍ਰਸਪੈਕਟਿਵ ਕਲਾਇੰਟ ਨੂੰ ਮਿਲਣ ਵਾਸਤੇ ਜਿਹੜਾ ਕਿ ਉੱਥੇ ਪੈਸੇ ਲੈ ਕੇ ਇਨਵੈਸਟ ਕਰਕੇ PR ਲੈਣਾ ਚਾਹੁੰਦਾ ਹੈਗਾ। ਇੱਕ ਚੀਜ਼ ਅੰਡਰਸਟੈਂਡ ਕਰੀਏ, ਕਿਸੇ ਵੀ ਦੇਸ਼ ਜਾਣ ਦੇ ਬਹੁਤ ਸਾਰੇ ਲੀਗਲ ਤਰੀਕੇ ਹੁੰਦੇ ਨੇ, ਬਹੁਤ ਸਾਰੇ ਲੀਗਲ ਕੈਟੇਗਰੀਜ਼ ਹੁੰਦੀਆਂ ਨੇ ਜਾਂ ਸਬ ਕਲਾਸਿਸ ਹੁੰਦੀਆਂ ਨੇ। ਇਹ ਇੱਕ ਮੇਰੀ ਐਜ਼ ਅ ਕਾਉਂਸਲਰ ਮੇਰੀ ਰਿਸਪੋਂਸੀਬਿਲਿਟੀ, ਅਤੇ ਐਜ਼ ਅ ਕਲਾਇੰਟ ਤੁਸੀਂ ਆਹ ਚੀਜ਼ ਵੇਖਣੀ ਹੈ ਕਿ ਮੈਂ ਕਿਹੜੇ ਬਲੋਕ 'ਚ ਫਿੱਟ ਹੁੰਦਾ, ਕਿ ਮੈਂ ਕਿਹੜੀ ਕੈਟੇਗਰੀ 'ਚ ਫਿੱਟ ਹੁੰਦਾ। ਕਿੰਨੀ ਵਾਰ ਦੇਖਿਆ ਇੱਕ ਬੰਦਾ ਆਪਣੀ ਪ੍ਰੋਫਾਈਲ ਨੂੰ ਟਵਿਸਟ ਐਂਡ ਟਰਨ ਕਰਦਾ ਰਹਿੰਦਾ ਇੱਕ ਦੂਜੀ ਕੈਟੇਗਰੀ 'ਚ ਫਿੱਟ ਹੋਣ ਵਾਸਤੇ, ਪਰ ਹਾਲਾਂਕਿ ਲੈਕ ਆਫ ਨੌਲੇਜ ਇਹ ਆਉਂਦੀ ਹੈ ਕਿ ਜੇ ਮੇਰੇ ਕੋਲ ਕੈਟੇਗਰੀ ਆਪਣੀ ਪ੍ਰੋਫਾਈਲ ਵਾਸਤੇ ਹੈਗੀ ਹੈ ਤਾਂ ਮੈਂ ਸਿੱਧਾ ਉਹ ਰਸਤੇ ਜਾਵਾਂ, ਪੁੱਠੇ ਰਸਤੇ ਕਿਉਂ ਜਾਵਾਂ। ਤਾਂ ਇਹ ਸੈਮੀਨਾਰ ਦਾ ਇੰਟੈਂਸ਼ਨ ਕੈਨੇਡਾ ਵਾਸਤੇ ਸਪੈਸੀਫਿਕਲੀ ਆਹੀ ਹੈ,
ਐਕਸਪ੍ਰੈਸ ਐਂਟਰੀ ਨਹੀਂ ਹੋ ਪਾ ਰਿਹਾ, ਪੈਸੇ ਹੈਗੇ ਇਨਵੈਸਟ ਕਰਨ ਨੂੰ, ਫਾਰਮਰ ਹੈਗੇ ਹੋ ਤੁਸੀਂ, ਤਾਂ ਇਹ ਸੈਮੀਨਾਰ 'ਚ ਆ ਕੇ ਆਪਣੇ ਸਾਰੀ ਚੀਜ਼ਾਂ ਆਪਣੇ ICCRC ਮੈਂਬਰ ਨਾਲ ਡਿਸਕਸ ਕਰੋ ਅਤੇ ਐਟਲੀਸਟ ਚੰਗੇ ਰਾਹ ਅਤੇ ਚੰਗੀ ਇਨਫੋਰਮੇਸ਼ਨ ਜ਼ਰੂਰ ਲੈ ਕੇ ਜਾਓ। ਕਿਹੜੇ ਪ੍ਰੋਵਿੰਸ ਦੇ ਵਿੱਚ ਕਿਵੇਂ ਇਨਵੈਸਟ ਕਰਨਾ, ਕੀ ਪ੍ਰੋਗਰਾਮ ਹੈਗਾ, ਥੋੜ੍ਹਾ ਡਿਟੇਲ 'ਚ ਦੱਸ ਸਕਦੇ ਹੋ? ਇਹ ਸੈਮੀਨਾਰ 'ਚ ਹੀ ਪਤਾ ਲੱਗੇਗਾ ਜੀ, ਕਿਉਂਕਿ ਹਰੇਕ ਇੱਕ ਪ੍ਰੋਵਿੰਸ ਦੇ ਵੱਖਰੇ ਵੱਖਰੇ ਪ੍ਰੋਟੋਕੋਲ ਨੇ, ਇਹ ਥੋੜ੍ਹਾ ਲੰਬਾ ਹੋ ਜਾਏਗਾ ਉਹਦੇ ਵਿੱਚ ਕਿਉਂਕਿ ਪ੍ਰੋਵਿੰਸਸ ਬਹੁਤ ਸਾਰੇ ਉੱਥੇ। ਹਾਂਜੀ ਬਿਲਕੁਲ ਜੀ, ਸੋ ਇਨਵੈਸਟਰਸ ਹੈਗਾ। ਸਪੌਸ ਦਾ ਵੀ ਬਹੁਤ ਵੱਡਾ ਇਸ਼ੂ ਹੈ ਜੀ, ਕਿ ਜਦੋਂ ਅਸੀਂ ਸਪੌਸ ਦੀ ਗੱਲ ਕਰਦੇ ਹਾਂ ਤਾਂ ਸਪੌਸ ਕੇਸਾਂ ਦੇ ਵਿੱਚ ਨਿਊਜ਼ੀਲੈਂਡ ਦੀ ਇੱਕ ਵੱਖਰੀ ਡੱਫਲੀ ਵੱਜਦੀ ਆ, ਉਹ ਕਹਿੰਦੇ ਜੀ IAA ਆ ਨਿਊਜ਼ੀਲੈਂਡ ਐਡਵਾਈਜ਼ਰ, ਅਸੀਂ ਫਾਈਲ ਕਰ ਸਕਦੇ ਹਾਂ, ਦੂਜੇ ਫਾਈਲ ਨਹੀਂ ਕਰ ਸਕਦੇ। ਸੱਚ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ, ਪਰ ਅਸੈਸਮੈਂਟ ਕਰਾਉਣਾ ਇੱਕ ਵੱਖਰੀ ਗੱਲ ਹੈਗੀ ਹੈ। ਆਸਟ੍ਰੇਲੀਆ ਦਾ ਸਪੌਸ ਕੇਸ ਕਰਨਾ ਇੱਕ ਵੱਖਰੀ ਗੱਲ ਹੈਗੀ ਹੈ। ਕੈਨੇਡਾ ਦੇ ਨਾਮ 'ਤੇ ਠੱਗੀ ਪਹਿਲਾਂ ਸ਼ੁਰੂ ਹੋ ਗਈ ਸੀ, 2-3 ਸਾਲ ਸਪੌਸ ਚੱਲੋ, ਵਰਕ ਪਰਮਿਟ ਦੇ ਉੱਪਰ ਚੱਲੋ, ਸਪੌਸ ਨੂੰ ਕੀ ਜਾਣਕਾਰੀ ਲੈ ਕੇ ਆਉਂਦੇ? ਦੇਖੋ ਸਪਾਊਸ, ਅਗੇਨ ਮੈਂ ਦੁਬਾਰਾ ਕਹਿੰਦਾ, ਮੇਰੀ ਪ੍ਰੋਫਾਈਲ ਕਿਹੜੇ ਕੰਟਰੀ ਵਾਸਤੇ ਫਿੱਟ ਹੁੰਦੀ ਹੈ ਉਹ ਦੇਖਣਾ ਜ਼ਰੂਰੀ ਹੈ, ਰਾਦਰ ਦੈਨ ਕਿ ਮੈਂ ਕੀ ਚਾਹੁੰਦਾ। ਮੈਂ ਤਾਂ ਬਹੁਤ ਕੁਝ ਚਾਹੁੰਦਾ ਜ਼ਿੰਦਗੀ 'ਚ ਕਰਨਾ, ਪਰ ਕੀ ਮੈਂ ਉਸ ਐਲੀਜੀਬਲ ਜਾਂ ਉਸ ਪਾਸੇ ਐਫਰਟ ਜਾਂ ਉਹ ਮੇਰੀ ਬੈਕਗਰਾਊਂਡ ਹੈਗੀ ਹੈ ਜੋ ਮੈਂ ਚਾਹ ਰਿਹਾ? ਜੇ ਮੇਰੀ ਬੈਕਗਰਾਊਂਡ ਨਹੀਂ ਹੈ ਮੈਂ ਡਾਕਟਰ ਨਹੀਂ ਬਣ ਸਕਦਾ। ਬੈਕਗਰਾਊਂਡ ਅਤੇ ਇੰਟੈਂਸ਼ਨ ਨਾਲ ਮੇਲ ਹੋਣਾ ਜ਼ਰੂਰੀ ਹੈ। ਉਸੇ ਤਰੀਕੇ ਨਾਲ ਜਿਵੇਂ ਤੁਸੀਂ ਕਿਹਾ ਭਾਅ ਜੀ ਦੈਟ ਨਿਊਜ਼ੀਲੈਂਡ 'ਚ ਇਮੀਗ੍ਰੇਸ਼ਨ ਐਡਵਾਈਜ਼ਰ ਹੋਣਾ ਜ਼ਰੂਰੀ ਹੈ, ਇੱਥੇ ਮੈਂ ਦਰਸ਼ਕਾਂ ਨੂੰ ਦੱਸਦਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਸਾਡੇ ਸੈਮੀਨਾਰ 'ਚ ਆ ਰਹੇ ਨੇ, ਆਸਟ੍ਰੇਲੀਅਨ ਮਾਰਾ ਏਜੰਟ ਸਾਡੇ ਸੈਮੀਨਾਰ 'ਚ ਆ ਰਹੇ ਨੇ, ਅਗੇਨ ਇਨਵੈਸਟਰ ਕੈਟਾਗਰੀ ਨਿਊਜ਼ੀਲੈਂਡ, ਐਂਟਰਪ੍ਰੀਨਿਓਰ ਕੈਟਾਗਰੀ ਨਿਊਜ਼ੀਲੈਂਡ, ਐਂਡ ਰਿਫਿਊਜ਼ ਸਟੂਡੈਂਟ ਵੀਜ਼ਾ ਕੇਸਿਸ ਸਪਾਊਸ ਨਾਲ ਜਿਹੜਾ ਜਾਣਾ ਚਾਹੁੰਦੇ ਨੇ, ਆਪਣੀ ਪ੍ਰੋਫਾਈਲ ਲੈ ਕੇ ਜ਼ਰੂਰ ਆਉਣ ਐਂਡ ਫਸਟ ਹੈਂਡ ਇਨਫੋਰਮੇਸ਼ਨ ਲੈਣ ਸਾਡੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਐਡਵਾਈਜ਼ਰ ਤੋਂ ਜੋ ਨਿਊਜ਼ੀਲੈਂਡ ਤੋਂ ਆਉਂਦੇ ਪਏ। ਸੈਮੀਨਾਰ ਦੀ ਡਿਟੇਲ ਇੱਕ ਵਾਰੀ ਫਿਰ ਬੋਲ ਦਈਏ ਜੀ, 8 ਤਰੀਕ ਅੰਮ੍ਰਿਤਸਰ ਸਾਹਿਬ ਹੈ ਜੀ, 9 ਨੂੰ ਜਲੰਧਰ, 10 ਨੂੰ ਲੁਧਿਆਣਾ, 11 ਨੂੰ ਬਠਿੰਡਾ, 12 ਨੂੰ ਪਟਿਆਲਾ ਅਤੇ 13 ਤਰੀਕ ਨੂੰ ਚੰਡੀਗੜ੍ਹ। ਇਹ ਸਾਰੇ ਦੇ ਸਾਰੇ ਸੈਮੀਨਾਰ ESS ਆਪਣੇ ਦਫ਼ਤਰਾਂ ਦੇ ਵਿੱਚ ਔਰਗਨਾਈਜ਼ ਕਰ ਰਿਹਾ, ਇਹਨਾਂ ਦਫ਼ਤਰਾਂ ਦੇ ਵਿੱਚ ਜਾ ਕੇ ਤੁਸੀਂ ਖਾਸ ਕਰ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਅਤੇ ਯੂਰਪ, ਇਹਨਾਂ ਕੰਟਰੀਜ਼ ਦੇ ਵਿੱਚ ਚਾਹੇ ਸਟੱਡੀ ਹੈ, ਭਾਵੇਂ PR ਹੈਗੀ ਹੈ, ਇਨਵੈਸਟਮੈਂਟ ਕੈਟਾਗਰੀ ਹੈ, ਸਪੌਸ ਨੇ, ਸਕੂਲਿੰਗ ਨੇ, ਟੂਰਿਸਟ ਵੀਜ਼ਾ ਹੈਗਾ, ਵਿਜ਼ਟਰਸ ਵੀਜ਼ਾ ਹੈਗਾ, ਕਿ ਦੋਸਤ ਮਿੱਤਰ ਨੂੰ ਮਿਲਣ ਜਾਣਾ ਚਾਹੁੰਦੇ ਹੋ, ਵਿਆਹ ਸ਼ਾਦੀ ਦੇ ਵਿੱਚ ਜਾਣਾ ਚਾਹੁੰਦੇ ਹੋ, ਉੱਥੇ ਕੋਈ ਸ਼ੋਪਿੰਗ ਕਰਨਾ ਚਾਹੁੰਦੇ ਹੋ, ਭਾਵ ਕਿਸੇ ਵੀ ਦੇਸ਼ ਦਾ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਉਹਦੀ ਜਾਣਕਾਰੀ ਜਿਹੜੀ ਹੈਗੀ ਹੈ ਤੁਸੀਂ ਲੈ ਸਕਦੇ ਹੋ। ਹੁਣ ਇਹਨਾਂ ਸੈਮੀਨਾਰਾਂ ਦੇ ਵਿੱਚ ਜਿਹੜਾ ਆਪਣਾ ਨੇੜਲਾ ਸ਼ਹਿਰ ਹੈ ਜਿੱਥੇ ਬੰਦਾ ਆਏਗਾ, ਉਹਦੀਆਂ ਕੀ ਪ੍ਰੋਟੋਕੋਲਸ, ਕੀ ਸ਼ਰਤਾਂ ਹੋਣਗੀਆਂ, ਕੀ ਉਹਨਾਂ ਨੂੰ ਅਪੁਆਇੰਟਮੈਂਟ ਲੈਣੀ ਪਏਗੀ, ਉਹ ਕਿਵੇਂ ਇੱਕ ਆ ਕੇ, ਕਿਉਂਕਿ ਬਹੁਤ ਸਾਰੇ ਗੈਸਟ ਹੋਣਗੇ, ਉਹਨਾਂ ਨੂੰ ਪਤਾ ਹੁਣ ਕੌਣ ਕੀ ਜਾਣਕਾਰੀ ਦੇ ਰਿਹਾ, ਕਿਵੇਂ ਤੁਸੀਂ ਔਰਗਨਾਈਜ਼ ਕਰ ਰਹੇ ਹੋ? ਜਿਹੜਾ ਸਾਡਾ ਨੰਬਰ ਹੈ 90-419 90-419 ਰਿਕਮੈਂਡਡ ਆ, ਉੱਤੇ ਆਪਣੀ ਅਪੁਆਇੰਟਮੈਂਟ ਬੁੱਕ ਕਰਾਈ ਜਾਵੇ। ਜਿਹੜੇ ਕੰਟਰੀ ਜਾਣਾ ਚਾਹੁੰਦੇ ਹੋ ਉਹਨਾਂ ਨਾਲ ਆਪਣਾ ਅਪੁਆਇੰਟਮੈਂਟ ਬੁੱਕ ਕਰਾ ਕੇ, ਮੈਂ UK ਵਾਸਤੇ ਪਤਾ ਕਰਨਾ ਚਾਹੁੰਦਾ ਜਾਂ ਕੈਨੇਡਾ ਵਾਸਤੇ ਪਤਾ ਕਰਨਾ ਚਾਹੁੰਦਾ, ਉਹਦੇ ਨਾਲ ਪਹਿਲਾਂ ਕੈਟਾਗਰੀ ਦੇ ਦੇਸ਼ ਦੱਸਣਾ ਪਏਗਾ। ਐਬਸੋਲੂਟਲੀ, ਕਿਉਂਕਿ ਇੱਛੂ ਜੇ ਦੇਸ਼ ਥਰੂ ਦੱਸੋਗੇ ਮੈਂ ਕਿੱਥੇ ਜਾਣਾ ਚਾਹੁੰਦਾ, ਉਹਦੇ ਨਾਲ ਕੀ ਹੈ ਉਹਨਾਂ ਪੈਨਲ ਜਿਹੜੇ ਆ ਰਹੇ ਨੇ ਬਾਹਰੋਂ ਉਹਨਾਂ ਨਾਲ ਇੱਕ ਅਪੁਆਇੰਟਮੈਂਟ ਫਿਕਸ ਹੋ ਜਾਏਗਾ ਤੁਹਾਡਾ, ਕਿਉਂਕਿ ਉਹ ਇੱਕ ਸਟ੍ਰੀਮਲਾਈਨ ਹੋ ਜਾਏਗਾ। ਨਹੀਂ ਤਾਂ ਕਈ ਵਾਰ ਹੁੰਦਾ ਸਵੇਰੇ ਆਏ ਹੋ, ਤੁਹਾਡੀ ਵਾਰੀ ਦੁਪਹਿਰੇ ਆਈ ਹੈ, ਉਹ ਪੂਰਾ ਅਨਔਰਗਨਾਈਜ਼ ਬਣ ਜਾਂਦਾ। ਸਾਡੀ ਕੋਸ਼ਿਸ਼ ਹੈ ਇਹਨੂੰ ਜਿੰਨਾ ਔਰਗਨਾਈਜ਼ ਹੋ ਕਰਕੇ ਚੱਲੀਏ ਉਨਾ ਵਧੀਆ, ਤੁਹਾਡਾ ਟਾਈਮ ਵੀ ਬਚੇ ਅਤੇ ਉਹ ਡੈਲੀਗੇਟ ਜਿਹੜੇ ਆ ਰਹੇ ਉਹਨਾਂ ਦਾ ਟਾਈਮ ਵੀ ਬਚੇ ਜੀ। ਸੋ ਡੈਲੀਗੇਟਸ ਦੀ ਗੱਲ ਕਰ ਲਈਏ ਜੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਹਰ ਤਰ੍ਹਾਂ ਦਾ ਜਿਹੜਾ ICCRC ਮੈਂਬਰ IAA ਉਹ ਤੁਹਾਨੂੰ ਇੱਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੇਗਾ, ਜਿਹੜੀ ਵੀਜ਼ੇ ਦੀ ਜਾਣਕਾਰੀ ਹੈ ਉਹ ਤੁਹਾਡੀ ਟੀਮ ਦੇਏਗੀ? ਜਿਹੜੇ ਬੇਸਿਕ ਡਾਕੂਮੈਂਟੇਸ਼ਨ ਦੀ ਜਾਣਕਾਰੀ ਉਹ ਸਾਡੀ ਟੀਮ ਦੇਏਗੀ ਜੀ, ਔਰ ਵੀਜ਼ਾ ਕਿਵੇਂ ਚੱਲੇਗਾ, ਸਟੈਪ ਬਾਏ ਸਟੈਪ ਕਿਵੇਂ ਰਹੇਗਾ, ਇਹ ਹਰੇਕ ਕਲਾਇੰਟ ਹਰੇਕ ਜਿਹੜਾ ਆਪਣੀ ਇਨਕੁਆਇਰੀ ਹੈਗੀ ਹੈ ਉਹ ਡਾਇਰੈਕਟਲੀ ਫਰੋਮ ਦਾ ਹਾਰਸਸ ਮਾਊਥ ਆਪਣੇ ਜਿਹੜੇ ਵਕੀਲ ਆ ਰਹੇ ਨੇ ਉੱਥੋਂ ਉਹਨਾਂ ਦੇ ਮੂੰਹੋਂ ਸੁਣੇਗੀ। ਉਸ ਤੋਂ ਬਾਅਦ ਜਿਹੜਾ ਅੱਗੇ ਕਿਵੇਂ ਪ੍ਰੋਸੈਸ ਚੱਲੇਗਾ, ਡਾਕੂਮੈਂਟੇਸ਼ਨ ਚੈੱਕਲਿਸਟ ਜੇ ਤੁਸੀਂ ਕੇਸ ਸ਼ੁਰੂ ਕਰਦੇ ਹੋ, ਨਾਲ ਦੇ ਨਾਲ ਸਾਡੀ ਟੀਮ ਉੱਥੇ ਬੈਠੀ ਹੋਏਗੀ ਤੁਹਾਨੂੰ ਪੂਰੀ ਜਾਣਕਾਰੀ ਐਂਡ ਟੂ ਐਂਡ ਦੇਣ ਵਾਸਤੇ ਜੀ। ਜੀ ਰੋਹਿਤ ਜੀ, ਜਦੋਂ ਜਨਵਰੀ 'ਚ ਤੁਸੀਂ 2-3 ਪ੍ਰੋਗਰਾਮਸ ਨਵੇਂ ਲਾਂਚ ਕੀਤੇ ਤਾਂ ਉਦੋਂ ਸਕੂਲਿੰਗ ਬਾਰੇ ਤੁਸੀਂ ਬੋਲੇ ਸੀ ਕਿ ਅਸੀਂ ਕੁਝ ਟਾਈਅਪ ਕੀਤੇ ਨੇ ਸਕੂਲਿੰਗਸ ਦੇ, ਸਕੂਲਿੰਗ ਦੀ ਜਾਣਕਾਰੀ ਆਪ ਦੇ ਰਹੇ ਹੋ, ਕੋਈ ਸਕੂਲ ਨੂੰ ਵੀ ਸਪੈਸ਼ਲ ਲੈ ਕੇ ਰਹੇ ਸੀ? ਨਹੀਂ, ਹਜੇ ਸਕੂਲਿੰਗ ਜਾਣਕਾਰੀ ਅਸੀਂ ਆਪ ਹੀ ਦੇ ਰਹੇ ਜੀ, ਮੈਂ ਖੁਦ ਉੱਥੇ ਮੌਜੂਦ ਹੋਵਾਂਗਾ, ਕਿਉਂਕਿ ਜਿਹੜੀ ਟ੍ਰੇਨਿੰਗ ਹੋਈ ਹੈ ਸਾਡੀ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡਸ ਦੇ ਨਾਲ, ਉਹ ਮੇਰੀ ਅਤੇ ਗੁਰਿੰਦਰ ਭਾਅ ਜੀ ਦੀ ਹੋਈ ਹੈਗੀ ਅਲੋਂਗ ਵਿਦ ਸਾਡੇ ਟੀਮ ਮੈਂਬਰਸ ਦੇ ਨਾਲ, ਤਾਂ ਅਸੀਂ ਸਕੂਲਿੰਗ ਦੀ ਪੂਰੀ ਜਾਣਕਾਰੀ ਦੇਣ ਲਈ ਪੂਰੇ ਇਕੁਇਪ ਹੈਗੇ ਹਾਂ ਵਿਦ ਪ੍ਰੋਪਰ ਸੋਰਸਿਸ ਜੀ, ਕਿਉਂਕਿ ਇਹ ਇੱਕ ਐਡਮਿਸ਼ਨ ਕ੍ਰਾਈਟੀਰੀਆ ਹੈਗਾ ਐਂਡ ਵੀਜ਼ਾ ਕ੍ਰਾਈਟੀਰੀਆ ਜਿਸ ਵਿੱਚ ICCRC ਇਨਵੋਲਵ ਨਹੀਂ ਹੁੰਦਾ, ਤਾਂ ਉਹਦੀ ਸਾਰੀ ਜਾਣਕਾਰੀ ਅਸੀਂ ਆਪ ਹੀ ਦੇਣਾ। ਸਟੂਡੈਂਟ ਵੀਜ਼ੇ ਲਈ ਚਾਹੇ ਆਸਟ੍ਰੇਲੀਆ ਹੈਗਾ ਕੈਨੇਡਾ ਹੈਗਾ, ਉਹ ਸਾਰੀ ਜਾਣਕਾਰੀ ਸਾਡੀ ਟੀਮ ਦੇ ਰਹੀ ਹੈ ਜੀ, ਸਾਡੇ ਪੂਰੇ ਜਿਹੜੇ ਆਫਿਸਰਸ ਹੈਗੇ ਆ ਉਹ ਪੂਰੇ ਇਕੁਇਪ ਹੈਗੇ ਨੇ ਪੂਰੀ ਨੌਲੇਜ ਦੇ ਨਾਲ। ਉਸ ਤੋਂ ਇਲਾਵਾ ਜਿਹੜੇ ਬਾਕੀ ਕੈਟਾਗਰੀਜ਼ ਨੇ, ਜੇ ਤੁਸੀਂ ਸਪੈਸ਼ਲ ਸੇਵਾ ਲੈਣਾ ਚਾਹੁੰਦੇ ਹੋ ਕਿਸੇ ਇਮੀਗ੍ਰੇਸ਼ਨ ਐਡਵਾਈਜ਼ਰ ਦੀ, ICCR ਦੀ, ਮਾਰਾ ਦੀ, ਤਾਂ ਡੈਫੀਨੇਟਲੀ ਉਹ ਬੰਦੇ ਵੀ ਉੱਥੇ ਅਵੇਲੇਬਲ ਨੇ ਜੀ। ਮੌਕੇ 'ਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਕੂਲਿੰਗ ਵੀਜ਼ਾ ਦੀ, ਤਾਂ ਬਹੁਤ ਸਾਰੀਆਂ ਪੱਖ ਜਿਹੜੇ ਨੇ ਪੋਜ਼ਿਟਿਵ ਨੈਗੇਟਿਵ
ਇਸ ਨੂੰ ਇਸ ਕਰਕੇ ਬੱਚੇ ਨੂੰ ਲੈ ਕੇ ਆਉਂਦੇ ਆ ਵੀ ਚਲੋ ਇੱਕ ਇੱਕ ਪੇਰੈਂਟ ਨਾਲ ਚੱਲ ਜਾਏਗਾ ਅਤੇ ਕੰਮ ਕਰ ਲੇਗਾ, ਮਤਲਬ ਇੰਟੈਂਸ਼ਨ ਸਹੀ ਨਹੀਂ ਹੈਗੀ। ਜਿਹੜਾ ਮੈਂ ਐਕਸਪੀਰੀਅੰਸ ਕੀਤਾ ਪਿੱਛੇ ਇੱਕ ਸਾਲ ਦੇ ਵਿੱਚ, ਜਾਂ ਜਿਹੜੀ ਅਸੀਂ R&D ਕੀਤੀ ਹੈ ਉਹਦੇ ਵਿੱਚ 70% ਐਪਲੀਕੇਸ਼ਨ ਰਿਜੈਕਟ ਹੁੰਦੇ ਦੇਖੇ ਹਾਂ ਅਸੀਂ ਸਕੂਲਿੰਗ ਵੀਜ਼ਾ 'ਤੇ। ਐਡਮਿਸ਼ਨ ਤੁਹਾਨੂੰ ਮਿਲਦੀ ਹੈ 5ਵੀਂ ਤੋਂ ਬਾਅਦ ਵੀ, ਸੋਰੀ ਈਅਰ 5 ਤੋਂ ਬਾਅਦ ਵੀ, ਜਦ ਤੁਸੀਂ 5 ਸਾਲ ਦਾ ਬੱਚਾ ਹੋ ਜਾਂਦਾ ਜਾ ਸਕਦਾ ਅਪਲਾਈ ਕਰ ਸਕਦਾ ਉੱਥੇ, ਪਰ ਕੀ ਇੰਟੈਂਸ਼ਨ ਮਾਂ ਬਾਪ ਦੀ ਸਹੀ ਹੈ? ਇਹ ਜਦ ਵੀਜ਼ਾ ਅਫਸਰ ਦੇਖਣ ਆਉਂਦਾ ਤਾਂ 70% ਇੰਟੈਂਸ਼ਨ ਮਾਂ ਬਾਪ ਦੀ ਗਲਤ ਹੁੰਦੀ ਹੈ, ਜਿਸ 'ਚ ਕਿ ਇੱਕ ਇੱਕ ਫਾਦਰ ਨਾਲ ਜਾ ਰਿਹਾ ਹੁੰਦਾ ਜੀ ਕੰਮ ਕਰਨ ਵਾਸਤੇ, ਹਾਲਾਂਕਿ ਤੁਹਾਡੀ ਸਕੂਲਿੰਗ ਵੀਜ਼ਾ 'ਚ ਕੰਮ ਕਰਨਾ ਬਿਲਕੁਲ ਅਲਾਊਡ ਨਹੀਂ ਹੈਗਾ, ਲਾਅ ਤੁਹਾਨੂੰ ਕੋਈ ਪਰਮਿਸ਼ਨ ਨਹੀਂ ਦਿੰਦਾ। ਅਤੇ ਇਹੋ ਜਿਹੇ ਕੇਸਿਸ ਕੀ ਦੇਖਿਆ, ਜਿਹੜਾ ਮੇਨ ਅਰਨਿੰਗ ਮੈਂਬਰ ਹੁੰਦਾ, ਜਿਹੜਾ ਪੈਸੇ ਕਮਾਉਂਦਾ ਪਰਿਵਾਰ ਵਾਸਤੇ, ਉਹ ਵੀ ਫਾਦਰ ਹੈ। ਹੁਣ ਜੇ ਫਾਦਰ ਹੀ ਨਾਲ ਚਲਾ ਜਾਏਗਾ ਤਾਂ ਅਰਨਿੰਗ ਖਤਮ ਹੋ ਜਾਏਗੀ। ਆਹ ਇੱਕ ਬੇਸਿਕ ਚੀਜ਼ ਹੈ ਜਿੱਥੇ ਇੱਕ ਵੀਜ਼ਾ ਅਫਸਰ ਇੱਕ ਵੀਜ਼ਾ ਪ੍ਰੋਫਾਈਲ ਨੂੰ ਮਨ੍ਹਾ ਕਰਦਾ ਹੈਗਾ ਵੀ ਤੁਹਾਡੇ ਕੋਲ ਆਮਦਨ ਨਹੀਂ ਹੈਗੀ। ਇੱਕ ਛੋਟਾ ਜਿਹਾ ਇਹਦਾ ਫਾਰਮੂਲਾ ਮੈਂ ਹਰੇਕ ਨਾਲ, ਦਰਸ਼ਕ ਨਾਲ ਸਾਂਝਾ ਕਰਨਾ ਚਾਹੁੰਦਾ। ਜੇ ਮੈਂ ਸਕੂਲਿੰਗ ਵੀਜ਼ਾ 7ਵੀਂ 8ਵੀਂ 9ਵੀਂ ਤੋਂ ਬਾਅਦ ਸ਼ੁਰੂ ਕਰਾਂਗਾ, ਆਪਣੇ ਬੱਚੇ ਨੂੰ ਉੱਥੇ ਭੇਜਣਾ ਚਾਹੁੰਦਾ ਹੈਗਾ, ਪਲੱਸ ਮੇਰੇ ਕੋਲ ਮੈਨੂੰ ਇਹ ਪਤਾ ਦਿਮਾਗ ਦੇ ਵਿੱਚ ਕਿ ਇਹਦੀ ਫੀਸ ਲੱਖਾਂ 'ਚ ਜਾਣੀ ਹੈ ਅਤੇ ਮੇਰੀ ਆਮਦਨ ਉਹਨੂੰ ਸਪੋਰਟ ਕਰਨਾ ਚਾਹੀਦੀ ਹੈ। ਵੀਜ਼ਾ ਅਫਸਰ ਇੱਕ ਚੀਜ਼ ਕੈਲਕੂਲੇਟ ਕਰਦਾ, ਜੇ 8ਵੀਂ ਤੋਂ ਬਾਅਦ ਜਾ ਰਿਹਾ ਕਿ ਇਹਦੇ ਕੋਲ 4 ਸਾਲ ਬੱਚੇ ਨੂੰ ਸਪੋਰਟ ਕਰਨ ਵਾਸਤੇ ਆਮਦਨ ਜਾਂ ਪੈਸੇ ਹੈਗੇ ਆ, ਕਿ ਉਹ ਸਿਰਫ 1 ਸਾਲ ਦੇ ਉਸ 'ਤੇ ਹੀ ਜਾ ਰਿਹਾ। ਤਾਂ ਅਸੀਂ ਜਿਹੜੇ ਸਕੂਲਿੰਗ ਕੇਸ ਲੈਂਦੇ ਹੈਗੇ ਹਾਂ, ਕਿਉਂਕਿ ਸਾਡਾ ਮੋਟਿਵ ਹੈਗਾ ਜੇ ਕੋਈ ਵੀਜ਼ਾ ਨਹੀਂ ਲੱਗਦਾ ਸਾਡੀ ਕੋਈ ਫੀਸ ਨਹੀਂ ਹੈਗੀ, ਤਾਂ ਸਾਡਾ ਸਾਰਾ ਸਟ੍ਰੈਸ, ਸਾਡਾ ਸਾਰਾ ਜ਼ੋਰ ਵੀਜ਼ੇ ਵਾਲੇ ਪਾਸੇ ਹੁੰਦਾ। ਇੱਕ ਚੰਗਾ ਸਕੂਲਿੰਗ ਕੇਸ 7ਵੀਂ 8ਵੀਂ ਤੋਂ ਬਾਅਦ ਦਾ ਬਣਦਾ ਜੀ, ਜੇ ਪਰਿਵਾਰ ਕੋਲ 8 ਤੋਂ ਲੈ ਕੇ 10 ਲੱਖ ਪਲੱਸ ਐਨੂਅਲ ਇਨਕਮ ਹੈਗੀ ਹੈ, ਭਾਵਾਂ ਉਹ 'ਚ ਮਦਰ ਦਾ ਹੈਂਡ ਹੈਗਾ ਅਰਨਿੰਗ ਦਾ ਜਾਂ ਫਾਦਰ ਦਾ ਇਕੱਲਿਆਂ, ਅਤੇ ਮਦਰ ਨਾਲ ਜਾਣਾ ਚਾਹੁੰਦੀ ਹੈ, ਤਾਂ ਯੈਸ, ਇਹ ਬਹੁਤ ਵਧੀਆ ਸਕੂਲਿੰਗ ਕੇਸ ਹੈ ਜਿਹੜਾ ਕਿ ਵਧੀਆ ਸਕਸੈਸ ਰੇਟ ਲੈ ਕੇ ਆਏਗਾ। ਤਾਂ ਬੇਸਿਕ ਪ੍ਰੋਟੋਕੋਲ ਹੈਗਾ ਜਿਹਦੇ ਵਿੱਚ ਇੱਕ ਵੀਜ਼ਾ ਆਫਿਸਰ ਜਾਂ ਇੱਕ ਐਡਮਿਸ਼ਨ ਆਫਿਸਰ ਸੋਚਦਾ ਹੈਗਾ ਇਹ ਚੀਜ਼ਾਂ ਬਾਰੇ। ਇਹਦੇ ਵਿੱਚ ਸਕੂਲਿੰਗ ਦੀ ਜਾਣਕਾਰੀ ਕੈਨੇਡਾ ਦੀ ਰਹੇਗੀ ਜਾਂ ਹਰ ਦੇਸ਼ ਦੀ ਰਹੇਗੀ? ਕੈਨੇਡਾ ਐਂਡ ਆਸਟ੍ਰੇਲੀਆ ਜੀ, ਕੈਨੇਡਾ ਅਤੇ ਆਸਟ੍ਰੇਲੀਆ ਦੋਨੋਂ ਦੇਸ਼ਾਂ ਦੀ, ਪ੍ਰਾਈਵੇਟ ਸਕੂਲ ਵੀ, ਗਵਰਨਮੈਂਟ ਸਕੂਲ ਵੀ। ਜੀ ਰੋਜ਼, ਬਹੁਤ ਸਾਰੇ ਬੱਚੇ ਤੁਹਾਡੇ ਕੋਲ ਆਉਣਗੇ ਜੀ, ਮੈਂ ਆਸਟ੍ਰੇਲੀਆ ਅਪਲਾਈ ਕੀਤਾ ਸੀ, ਰਿਫਿਊਜ਼ ਹੋ ਗਿਆ, ਕੈਨੇਡਾ ਅਪਲਾਈ ਕੀਤਾ ਸੀ, ਰਿਫਿਊਜ਼ ਹੋ ਗਿਆ, ਜ਼ਿਆਦਾ ਰਿਫਿਊਜ਼ਲ, ਪਰ ਅਪਲਾਈ ਹੀ ਜ਼ਿਆਦਾ ਹੋ ਰਿਹਾ, ਇਸ ਕਰਕੇ ਰਿਫਿਊਜ਼ਲ ਤਾਦਾਦ ਵੀ ਇਹਨਾਂ ਦੇਸ਼ਾਂ ਦੀ ਹੈਗੀ ਹੈ। ਨਿਊਜ਼ੀਲੈਂਡ ਘੱਟ ਹੁੰਦਾ ਔਰ ਸਕਸੈਸ ਰੇਟ ਲੈਣ ਦੇ ਵਿੱਚ ਮਾਹਿਰ ਹੋ ਜਾਂਦੇ ਨੇ ਜਾਂ ਤਜਰਬੇਕਾਰ ਹੋ ਜਾਂਦੇ ਨੇ ਲੋਕ, ਜਾਂ ਫੰਡਾਂ ਕਰਕੇ ਕਈ ਕਾਰਨਾਂ ਕਰਕੇ ਆਪਣਾ ਸਕਸੈਸ ਜਿਹੜਾ ਹੈਗਾ ਰੇਟ ਕਰ ਲੈਂਦੇ ਨੇ। ਗਲਤ ਐਡਵਰਟੀਜ਼ਮੈਂਟ, ਗਲਤ ਪ੍ਰਚਾਰ ਪੈਕੇਜ, 5.5-33% ਦੀ ਐਡਵਰਟੀਜ਼ਮੈਂਟ ਨੇ ਬਹੁਤ ਸਾਰੇ ਬੱਚਿਆਂ ਦੀ ਰਿਜੈਕਸ਼ਨਸ ਕਰਵਾਈ ਹੈ। ਆਸਟ੍ਰੇਲੀਆ ਦੇ ਵਿੱਚ ਪੈਸੇ ਹੀ ਲੋਕਾਂ ਨੂੰ ਨਹੀਂ ਪਤਾ ਹੈਗਾ। ਸੋ ਜਿਹੜੀਆਂ ਰਿਫਿਊਜ਼ਲਸ ਨੇ ਇਹਨਾਂ ਨੂੰ ਕਿਵੇਂ ਦੇਖਿਆ ਜਾਊਗਾ ਸੈਮੀਨਾਰਾਂ ਦੇ ਵਿੱਚ? ਦੇਖੋ, ਰਿਫਿਊਜ਼ਲ ਹਰੇਕ ਜਦ ਕੰਟਰੀ ਰਿਫਿਊਜ਼ ਦਿੰਦੀ ਹੈ ਜੀ, ਉਹਦੇ ਆਪਣੇ ਪੈਰਾਮੀਟਰ, ਉਹਦੇ ਆਪਣੇ ਬੇਸਿਸ ਹੁੰਦੇ ਨੇ, ਆਪਣੇ ਕਾਰਨ ਹੁੰਦੇ ਨੇ। ਅਸੀਂ ਇਹ ਮੰਨ ਕੇ ਚੱਲਦੇ ਹਾਂ ਜੇ ਤੁਹਾਡਾ ਫਰੋਡ ਡਾਕੂਮੈਂਟ ਉੱਤੇ ਰਿਫਿਊਜ਼ਲ ਨਹੀਂ ਹੈ, ਤੁਸੀਂ ਰੀਅਪਲਾਈ ਵੀ ਕਰ ਸਕਦੇ ਹੋ ਜਾਂ ਦੂਜੇ ਕੰਟਰੀ ਅਪਲਾਈ ਕਰ ਸਕਦੇ ਹੋ, ਡਿਪੈਂਡਿੰਗ ਤੁਹਾਡੀ ਇੱਛਾ ਕੀ ਹੈਗੀ ਹੈ। ਹਾਵੈਵਰ, ਤੁਹਾਡੀ ਪ੍ਰੋਫਾਈਲ ਉਸ ਕੰਟਰੀ ਨੂੰ ਸਪੋਰਟ ਕਰਨੀ ਹੋਣੀ ਚਾਹੀਦੀ ਹੈ। ਜਿਵੇਂ ਤੁਸੀਂ 33% ਵਾਲਾ ਨੰਬਰ ਮੈਂਸ਼ਨ ਕੀਤਾ, 33%, ਸਾਡੇ ਕੋਲ ਉਹਦੀ ਕੋਈ ਆਪਸ਼ਨ ਨਹੀਂ ਹੋਏਗੀ। ਐਡਮਿਸ਼ਨ ਕਰਾਉਣਾ ਵੱਖਰੀ ਚੀਜ਼ ਹੈ, ਵੀਜ਼ਾ ਦਿਵਾਉਣਾ ਵੱਖਰੀ ਚੀਜ਼ ਹੈ। ਐਡਮਿਸ਼ਨ ਦਿਵਾਉਣਾ 33% ਵੱਲ ਨੂੰ ਜ਼ਰੂਰ ਮਿਲ ਜਾਂਦਾ ਹੈਗਾ, ਕਿਉਂਕਿ ਕਾਲਜ ਨੇ ਆਪਣੇ ਐਡਮਿਸ਼ਨ ਚਲਾਉਣੀ ਹੈ, ਬਿਲਕੁਲ। ਪਰ ਐਮਬੈਸੀ ਨੇ ਵੇਖਣਾ ਕਿ ਐਕਚੁਅਲ ਪ੍ਰੋਫਾਈਲ ਪੜ੍ਹਨ ਵਾਲੀ ਹੈ 33% ਵਾਲੀ, ਫਿਰ ਵੀਜ਼ਾ ਉਹਨਾਂ ਨੇ ਤਦ ਦੇਣਾ। ਤਾਂ ਇਹੋ ਜਿਹੇ ਬੱਚੇ 33% ਵਾਲੇ ਸਿਰਫ ਔਰ ਸਿਰਫ ਸ਼ੈਨਗਨ ਕੰਟਰੀ ਵਾਲੇ ਪਾਸੇ ਦੇਖ ਸਕਦੇ ਹਾਂ, ਸਿੰਗਾਪੁਰ ਵਾਲੇ ਪਾਸੇ ਦੇਖ ਸਕਦੇ ਹਾਂ। ਅਦਰਵਾਈਜ਼ ਜੇ ਆਪਾਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ UK ਦੀ ਗੱਲ ਕਰੀਏ, ਇੱਥੇ ਇਹਨਾਂ ਦਾ ਵੀਜ਼ਾ ਲੱਗਣਾ ਨੈਕਸਟ ਟੂ ਇੰਪੋਸੀਬਲ ਹੈਗਾ ਜੀ। ਜੀ, ਬਹੁਤ ਚਿਰਾਂ ਬਾਅਦ UK ਨੂੰ ਪ੍ਰਮੋਟ ਕਰਨ ਜਾ ਰਹੇ ਹੋ, ਕੁਛ ਤਬਦੀਲੀਆਂ ਆਈਆਂ, ਕੁਛ ਕਾਲਜਸ ਨੇ, ਮਤਲਬ ਰੀਜ਼ਨ ਕੀ ਰਹੇਗਾ ਇਹਦੇ ਵਿੱਚ? ਦੇਖੋ, UK ਪਿਛਲੇ 2-3 ਮਹੀਨੇ ਤੋਂ ਕੁਐਰੀਜ਼ ਵੱਧ ਰਹੀਆਂ ਸੀਗੀਆਂ, ਆਲਰੇਡੀ ਕਾਫੀ ਬੱਚਿਆਂ ਦਾ ਰੁਝਾਨ UK ਵਾਲੇ ਪਾਸੇ ਦੁਬਾਰਾ ਹੋਣਾ ਸ਼ੁਰੂ ਹੋ ਗਿਆ ਸੀਗਾ। ਵੀਜ਼ਾ ਸਕਸੈਸ ਚੰਗਾ ਹੈਗਾ ਐਂਡ ਰਿਲੇਟਿਵ ਫੈਕਟਰ ਹੈਗਾ, ਐਂਡ UK ਹਮੇਸ਼ਾ ਤੱਕ ਫੇਵਰਟ ਡੈਸਟੀਨੇਸ਼ਨ ਰਿਹਾ ਹੈ। ਇੱਕ ਚੰਗੀ ਤਰ੍ਹਾਂ ਗਾਈਡੈਂਸ ਨਹੀਂ ਮਿਲ ਪਾਈ ਕਿਉਂਕਿ ਕੰਸਲਟੈਂਟ ਨੇ ਇਹਨੂੰ ਇੱਕ ਓਪਰਚੁਨਿਟੀ ਤਰ੍ਹਾਂ ਯੂਜ਼ ਕੀਤਾ, ਜਦ ਓਪਰਚੁਨਿਟੀ ਖਤਮ ਹੋ ਗਈ ਤਾਂ ਸਭ ਪਾਸਿਓਂ ਬਾਹਰ ਕਰ ਦਿੱਤਾ ਗਿਆ, UK ਦੇ ਵੀਜ਼ੇ ਨਹੀਂ ਲੱਗਦੇ ਪਏ। ਹਾਲਾਂਕਿ ਬੈਕਗਰਾਊਂਡ ਦੇ ਵਿੱਚ UK ਦੇ ਵੀਜ਼ੇ ਲੱਗਦੇ ਪਏ ਸੀਗੇ। ਓਨਲੀ ਥਿੰਗ ਇਜ਼, ਉੱਥੇ ਪੋਸਟ ਸਟੱਡੀ ਵਰਕ ਵੀਜ਼ੇ ਦੀ ਆਪਸ਼ਨ ਅਵੇਲੇਬਲ ਨਹੀਂ ਹੈਗੀ। ਉਸੇ ਕਰਕੇ ਜਿਹੜੀ ਜਾਗਰੂਕਤਾ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜੇ ਉੱਥੋਂ ਲੋਇਰ ਜਾਂ ਸੋਲੀਸਿਟਰ ਆ ਰਹੇ ਨੇ UK ਤੋਂ, ਉਹ ਫਸਟ ਹੈਂਡ ਇਨਫੋਰਮੇਸ਼ਨ ਦੇਣਗੇ ਕਿਸ ਤਰ੍ਹਾਂ ਦੇ ਉੱਥੇ ਪ੍ਰੋਗਰਾਮ ਇੱਕ ਅਵੇਲੇਬਲ ਨੇ, ਜਿਸ ਵਿੱਚ ਇੱਕ ਬੱਚਾ ਪੜ੍ਹਾਈ ਤੋਂ ਬਾਅਦ ਜਾਂ ਇੱਥੋਂ ਹੀ ਡਾਇਰੈਕਟਲੀ PR ਜਾਂ ਇਨਵੈਸਟਰ ਵੀਜ਼ੇ ਵਾਸਤੇ ਜਾ ਕੇ ਉੱਥੇ ਆਪਣੇ ਸੈਟਲਮੈਂਟ ਕਰ ਸਕਦਾ ਹੈਗਾ ਜੀ। ਸੋ ਗੱਲ ਕਰੀਏ ਜੀ, UK ਦਾ ਵੀ ਇੱਕ ਪਾਰਟ ਹੈ ਜਦੋਂ ਸਾਂਝਾ ਰਿਹਾ ਹੈਗਾ, ਇੱਧਰਲੇ ਲੋਕ ਉੱਧਰ ਅਤੇ ਉੱਧਰਲੇ ਲੋਕ ਇੱਧਰ ਜਾ ਕੇ ਕੰਮ ਕਰਦੇ ਸੀ। UK ਦਾ ਵੀਜ਼ਾ ਲੱਗਣਾ ਯੂਰਪ ਦੇ ਬਰਾਬਰ ਸੀ, ਯੂਰਪ ਦਾ ਲੱਗਿਆ ਤਾਂ UK ਵਾਲੇ ਥੋੜ੍ਹਾ ਜਲਦੀ ਦੇ ਦਿੰਦੇ ਸੀਗੇ। ਅੱਜ ਯੂਰਪ ਦੇ ਵਿੱਚ ਵੀ ਬਹੁਤ ਸਾਰੇ ਕੰਟਰੀਜ਼ ਨੇ ਜਿਹੜੇ ਕਿ ਇਨਵੀਟੇਸ਼ਨਸ ਦਿੰਦੇ ਨੇ ਸਟੂਡੈਂਟਸ ਨੂੰ ਕਿ ਆ ਕੇ ਸਾਡੇ ਕੋਲ ਪੜ੍ਹੋ, ਪਰ ਯੂਰਪ ਜਿਹੜਾ ਹੈਗਾ ਕਦੇ ਵੀ ਇੱਕ ਮੰਜ਼ਿਲ ਨਹੀਂ ਬਣਿਆ, ਉਹਨੂੰ ਪੌੜੀ ਦੇ ਰੂਪ ਦੇ ਵਿੱਚ ਬਣਾਇਆ ਗਿਆ ਹੈਗਾ। ਕੀ ਯੂਰਪ ਦੇ ਰਿਪ੍ਰੈਜੈਂਟੇਟਿਵ ਜਾਂ
ਜਿੱਥੇ ਉਹਨਾਂ ਦੀ ਇੰਟੈਂਸ਼ਨ 3.5 ਲੱਖ ਬੱਚਾ ਸੀਗੀ ਅਗਲੇ 3 ਸਾਲਾਂ ਦੇ ਵਿੱਚ, ਉਹਨਾਂ ਨੇ 2017 'ਚ 3.5 ਲੱਖ ਬੱਚਾ ਰਿਕਰੂਟ ਕਰ ਲਿਆ। ਇਸੇ ਕਰਕੇ ਕਾਫੀ ਸਾਰੇ ਜਿਹੜੇ ਬੱਚੇ ਜਰਮਨੀ ਜਾਣ ਵਾਲੇ ਸੀਗੇ ਉਹਨਾਂ ਨੂੰ ਅਪੁਆਇੰਟਮੈਂਟ ਦਾ ਇਸ਼ੂ ਆਉਣ ਲੱਗਿਆ ਅੰਬੈਸੀ ਦੇ ਵਿੱਚ। ਅੰਬੈਸੀ ਨੇ ਮਿਲੇ ਹੋਏ ਅਪੁਆਇੰਟਮੈਂਟ ਕੈਂਸਲ ਕੀਤੇ ਪਿਛਲੇ ਸਾਲ, ਕਿਉਂਕਿ ਆਲਰੇਡੀ ਉਹਨਾਂ ਦਾ ਟਾਰਗੇਟ ਪੂਰਾ ਹੋ ਗਿਆ ਸੀਗਾ। ਤਾਂ ਜਰਮਨੀ ਇੱਕ ਫੇਵਰੇਟ ਡੈਸਟੀਨੇਸ਼ਨ ਵੱਧਦਾ ਆ ਰਿਹਾ। ਜਰਮਨੀ ਵਿੱਚ ਇੱਕ ਜੋਬ ਸੀਕਰ ਵੀਜ਼ਾ ਕਰਕੇ ਕੈਟੇਗਰੀ ਬਹੁਤ ਪ੍ਰਮੋਟ ਹੋਈ ਹੈ ਪਿਛਲੇ ਸਾਲ 2017 ਦੇ ਵਿੱਚ। ਇੰਟੈਂਸ਼ਨ ਇਹ ਹੈਗਾ, ਜਿਹੜਾ ਇੱਕ ਇੱਕ ਪ੍ਰੈਡਿਕਸ਼ਨ ਇਹ ਹੈਗਾ, ਜਰਮਨੀ ਉਸ ਪਾਸੇ ਦੁਆਰਾ ਆ ਰਿਹਾ ਹੈਗਾ ਜਿਹੜਾ ਕਿ ਜਿਵੇਂ ਤੁਸੀਂ ਕਿਹਾ ਯੂਰਪ ਕਦੇ ਵੀ ਮੰਜ਼ਿਲ ਨਹੀਂ ਬਣ ਪਾਇਆ, ਹਮੇਸ਼ਾ ਰਸਤਾ ਬਣ ਕੇ ਰਿਹਾ। ਤਾਂ ਆਈ ਥਿੰਕ ਜਰਮਨੀ ਪਹਿਲਾ ਕੰਟਰੀ ਹੈ ਜਿਹੜਾ ਇੱਕ ਉਹਨੂੰ ਮੰਜ਼ਿਲ ਬਣਾਉਣ ਦੇਣ ਦਾ ਰੂਪ ਦੇ ਰਿਹਾ। ਜਿਹੜੀ ਬਲੂ ਕਾਰਡ ਸਕੀਮ ਹੈ ਉੱਥੇ ਚੱਲਦੀ ਪਈ, ਜਿਸ ਵਿੱਚ ਕਿ ਤੁਸੀਂ ਆਪਣਾ ਪੜ੍ਹ ਕੇ ਐਲੀਜੀਬਲ ਹੋ ਜਾਂਦੇ ਹੋ ਇੱਕ ਵਰਕ ਪਰਮਿਟ ਵਾਸਤੇ, ਉਸ ਤੋਂ ਬਾਅਦ ਪੀ ਆਰ ਦੇ ਰਾਹ ਖੁੱਲ੍ਹਦੇ ਨੇ ਜਰਮਨੀ ਦੇ ਵਿੱਚ। ਉਹ ਆਲਰੇਡੀ ਬੜੀ ਪਾਪੂਲਰ ਹੋ ਚੁੱਕੀ ਹੈਗੀ ਹੈ। ਬਟ ਆਪਣਾ ਕੀ ਹੈਗਾ ਹੈ, ਪੰਜਾਬ ਦੇ ਲੋਕਾਂ ਦਾ ਕੀ ਹੈ ਜਾਂ ਪੰਜਾਬ ਦੇ ਕੰਸਲਟੈਂਟ ਦਾ ਕੀ ਰੂਪ ਹੈ, ਯੂਰਪ ਇੱਕ ਅਖੀਰਲੀ ਆਪਸ਼ਨ ਹੈ। ਕਿਤੇ ਨਹੀਂ ਜਾ ਸਕਦੇ ਤਾਂ ਯੂਰਪ ਵਾਲੇ ਪਾਸੇ ਦੇਖੋ। ਬਟ ਹੁਣ ਇਹ ਟਾਈਮ ਆ ਗਿਆ ਜਿੱਥੇ ਇੱਕ ਜਰਮਨੀ ਨੂੰ ਜਾਂ ਯੂਰਪ ਦੇ ਕੁਛ ਦੇਸ਼ਾਂ ਨੂੰ ਅਲੱਗ ਐਂਟੀਟੀ ਦੇਖਣ ਦੀ ਲੋੜ ਹੈ, ਕਿਉਂਕਿ ਉਹਨਾਂ ਦੇ ਵਿੱਚ ਵੀ ਪੜ੍ਹਾਈ ਦੇ ਜ਼ਰੀਏ ਪੀ ਆਰ ਦੇ ਜ਼ਰੀਏ ਖੁੱਲ੍ਹ ਚੁੱਕੇ ਹੋ। ਡੈਨਮਾਰਕ ਇੱਕ ਨਾਮ ਹੈ, ਜਰਮਨੀ ਇੱਕ ਨਾਮ ਹੈ। ਤਾਂ ਇਹੋ ਜਿਹੇ ਬਹੁਤ ਸਾਰੇ ਕੰਟਰੀ ਹੋਰ ਆ ਰਹੇ ਨੇ ਜਿਹੜਾ ਕਿ ਅਸੀਂ ਇਨਫੋਰਮੇਸ਼ਨ ਸਾਂਝੀ ਕਰਾਂਗੇ। ਜੇ ਤੁਹਾਡੀ ਆਪਸ਼ਨ ਯੂਰਪ ਜਾਣ ਦੀ ਹੈਗੀ ਹੈ, ਪੜ੍ਹਾਈ ਦੀ ਹੈ ਅਤੇ ਪੀ ਆਰ ਦੀ ਹੈ, ਜਿਹਨੂੰ ਆਪਾਂ ਐਂ ਲੈ ਕੇ ਚੱਲਦੇ ਹਾਂ, ਤਾਂ ਡੈਫੀਨੇਟਲੀ ਯੂਰਪ ਤੁਹਾਡੇ ਚਾਰਟਸ 'ਤੇ ਹੋਣਾ ਚਾਹੀਦਾ ਹੈ। ਇੱਕ ਵਾਰੀ ਫਿਰ ਦੱਸ ਦਿਓ ਜੀ, ਈ ਐੱਸ ਐੱਸ ਵੱਲੋਂ 8 ਤੋਂ ਲੈ ਕੇ 13 ਤਰੀਕ ਨੂੰ ਤੱਕ ਜਿਹੜੀ ਅਪ੍ਰੈਲ ਤੱਕ ਸੈਮੀਨਾਰ ਨੇ ਉਹ ਕੀਤੇ ਜਾ ਰਹੇ ਨੇ। ਵਿਸਾਖੀ ਵਾਲਾ ਮੇਰੇ ਖਿਆਲ ਤੁਹਾਡਾ ਆਖਰੀ ਰਹੇਗਾ ਜੀ, 13 ਦੀ ਵਿਸਾਖੀ। ਸੋ ਵੈਸੇ ਤਾਂ ਬੜੇ ਖਤਰਨਾਕ ਦਿਨ ਚੁਣੇ ਨੇ ਤੁਸੀਂ, ਲੋਕ ਬਿਜ਼ੀ ਹੁੰਦੇ ਨੇ ਕਰ, ਪਰ ਪੰਜਾਬ ਸਿਆਣਾ ਹੋ ਗਿਆ ਕਿਉਂਕਿ ਦੇਸ਼ ਬਹੁਤ ਸਾਰੇ ਨੇ, ਰਿਪ੍ਰੈਜੈਂਟੇਟਿਵ ਜਿਹੜੇ ਨੇ ਬਹੁਤ ਸਾਰੇ ਨੇ, ਆਪਸ਼ਨਾਂ ਬਹੁਤ ਨੇ। ਜਿਹਦੇ ਵਿੱਚ ਆਪਸ਼ਨਸ ਦੀ ਅਸੀਂ ਗੱਲ ਕਰ ਲਈਏ, ਸਟੱਡੀ ਚਾਹੇ ਉਹ ਸਕੂਲਿੰਗ ਦੀ ਹੈਗੀ ਹੈ, ਚਾਹੇ ਹਾਇਰ ਸਟੱਡੀ ਦੀ ਗੱਲ ਹੋਏਗੀ, ਪੀ ਆਰ ਹੈਗੀ ਹੈ, ਇਨਵੈਸਟਮੈਂਟ ਕੈਟਾਗਰੀ ਹੈ, ਐਂਟਰਪਨੋਰਸ ਹੈਗੇ, ਸਪੋਸ ਕੇਸ ਨੇ, ਰਿਜੈਕਟਡ ਕੇਸ ਨੇ, ਜਿਹਦੇ 'ਚ ਰਿਫਿਊਜ਼ਲ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈਗਾ, ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਇੱਕੋ ਛੱਤ ਥੱਲੇ ਮਿਲੇਗੀ। ਮੈਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਹੁਣ ਹਰ ਕੈਂਡੀਡੇਟ ਹਰ ਸੈਮੀਨਾਰ ਦੇ ਵਿੱਚ ਜਾ ਕੇ ਆ ਰਿਹਾ। ਇਹ ਬੁਰੀ ਵੀ ਗੱਲ ਨਹੀਂ, ਪਰ ਬਹੁਤ ਹੀ ਜ਼ਿਆਦਾ ਚੰਗੀ ਵੀ ਨਹੀਂ ਹੈ ਕਿ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡਾ ਕੰਸਲਟੈਂਟ ਤੁਹਾਨੂੰ ਇੱਕ ਸਹੀ ਰਾਏ ਦੇ ਰਿਹਾ ਔਰ ਸਹੀ ਰਾਏ ਵੱਲ ਤੁਸੀਂ ਤੁਰਨ ਦੇ ਯੋਗ ਹੋ, ਜੋ ਤੁਸੀਂ ਮੰਗਦੇ ਸੀ ਨੈੱਟ ਨਾਲ ਉਹ ਮਿਲ ਰਿਹਾ ਔਰ ਜੋ ਤੁਸੀਂ ਰਿਸਰਚ ਕੀਤੀ ਉਹਦੇ ਨਾਲ ਮੈਚ ਖਾ ਰਿਹਾ, ਤਾਂ ਐਵੇਂ ਨਹੀਂ ਹੈ ਕਿ 5 ਕੰਸਲਟੈਂਟਸ ਕੋਲ ਜਾਣ ਦੀ ਬਜਾਏ ਤੁਸੀਂ 45 ਕੋਲ ਘੁੰਮ ਕੇ ਆਓ, ਫਿਰ ਇੰਨੇ ਕੁ ਜ਼ਿਆਦਾ ਕਨਫਿਊਜ਼ ਹੋ ਦਿਓ ਕਿ ਆਪਣੀ ਐਪਲੀਕੇਸ਼ਨ ਹੀ ਖਰਾਬ ਜਿਹੜੀ ਹੈਗੀ ਕਰ ਲਓ। ਸੋ ਸੈਮੀਨਾਰ ਜਿਹੜੇ ਨੇ ਜੀ ਇੱਕ ਵਾਰੀ ਦੱਸ ਦਈਏ, 8 ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਟਾਰਟ ਹੋਣਗੇ, 9 ਨੂੰ ਜਲੰਧਰ, 10 ਨੂੰ ਲੁਧਿਆਣਾ, 11 ਨੂੰ ਬਠਿੰਡਾ, 12 ਨੂੰ ਜਿਹੜਾ ਪਟਿਆਲਾ ਹੈ ਔਰ 13 ਤਰੀਕ ਨੂੰ ਚੰਡੀਗੜ੍ਹ। ਇਹਨਾਂ ਸੈਮੀਨਾਰਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਪ੍ਰੋਗਰਾਮ ਜਿਹੜੇ ਨੇ, ਇਹ ਸੈਮੀਨਾਰ ਜਿਹੜੇ ਨੇ ਔਰਗਨਾਈਜ਼ ਕੀਤੇ ਗਏ ਨੇ ਈ ਐੱਸ ਐੱਸ ਦੇ ਆਪਣੇ ਦਫ਼ਤਰਾਂ ਦੇ ਵਿੱਚ। ਦਫ਼ਤਰਾਂ ਦੇ ਵਿੱਚ ਹੀ ਇਹ ਜਿਹੜੇ ਨੇ ਆਪਣੇ ਕਾਲਜਾਂ ਦੇ ਰਿਪ੍ਰੈਜੈਂਟੇਟਿਵ ਨੂੰ ਬੁਲਾ ਕੇ ਬੱਚਿਆਂ ਨੂੰ ਜਿਹੜਾ ਹੈਗਾ ਮੁਖਾਤਿਬ ਕਰਨਗੇ। ਸੋ ਰੋਹਿਤ ਜੀ, ਕੁਛ ਖਾਸ ਜਿਹੜਾ ਮੈਂ ਨਹੀਂ ਪੁੱਛ ਪਾਇਆ ਇਹਨਾਂ ਸੈਮੀਨਾਰਾਂ 'ਚ, ਹੋਰ ਕੀ ਖਾਸ ਹੋਏਗਾ? ਬਸ ਇੱਕੋ ਇਹ ਚੀਜ਼ ਹੈ ਜੀ, ਆਪਣੇ ਸਾਰੀ ਕੁਐਰੀਜ਼ ਲੈ ਕੇ ਆਓ ਤੁਸੀਂ, ਜੋ ਤੁਹਾਨੂੰ ਲੱਗਦਾ ਹੈ ਤੁਹਾਡੇ ਦਿਮਾਗ 'ਚ ਇੱਕ ਸਵਾਲ ਵੀ ਹੈਗਾ, ਪੂਰੇ ਪ੍ਰੋਸੈਸ ਨੂੰ ਲੈ ਕੇ ਤੁਸੀਂ ਜਾਣ ਦੇ ਇੱਛੁਕ ਹੈਗੇ ਹੋ ਕਿ ਨਹੀਂ ਹੈ। ਮੈਂ ਇੱਕ ਛੋਟਾ ਇੱਥੇ ਐਪੀਸੋਡ ਸਾਂਝਾ ਕਰਾਂਗਾ, ਜਿਵੇਂ ਐਂਟਰਪ੍ਰੀਨਿਓਰ ਦਾ ਕਿੱਥੋਂ ਸਾਡਾ ਕੈਟੇਗਰੀ ਦਿਮਾਗ 'ਚ ਆਈ ਹੈ। ਬਹੁਤ ਸਾਰੇ ਜਿਹੜੇ ਪ੍ਰਸਪੈਕਟਿਵ ਇਮੀਗ੍ਰੈਂਟ ਸਕੁਐਰੀਜ਼ ਹੈ ਜਾਂ ਉਹ ਆਉਂਦੇ ਸੀ, ਮੇਰੀ ਉਮਰ 45 ਟੱਪ ਚੁੱਕੀ ਹੈ ਜੀ, ਮੈਨੂੰ ਐਕਸਪ੍ਰੈਸ ਸੈਂਟਰੀ ਦੇ ਵਿੱਚ ਜਾਂ ਆਸਟ੍ਰੇਲੀਆ ਇਮੀਗ੍ਰੇਸ਼ਨ 'ਚ ਪੁਆਇੰਟ ਨਹੀਂ ਮਿਲਦੇ, ਜਾਂ ਉਹਨਾਂ ਦਾ ਏਜ ਲਿਮਿਟ ਉਹੀ ਹੈ ਕਿ ਅਸੀਂ ਜਾ ਸਕਦੇ ਹਾਂ, ਅਸੀਂ ਸਾਰੀ ਉਮਰ ਕਾਰੋਬਾਰੀ ਰਹੇ ਹਾਂ, ਸਾਡੇ ਕੋਲ ਆਈਲੈਟਸ 7 ਬੈਂਡ ਨਹੀਂ ਲਏ ਹੋਣੇ, ਕੀ ਅਸੀਂ ਜਾ ਸਕਦੇ ਹਾਂ? ਮੇਰੀ ਪੜ੍ਹਾਈ ਨਹੀਂ ਹੈਗੀ ਗ੍ਰੈਜੂਏਸ਼ਨ, ਕੀ ਅਸੀਂ ਜਾ ਸਕਦੇ ਹਾਂ? ਆਹ ਕੁਝ ਸਵਾਲ ਸੀਗੇ ਜਿਹੜੇ ਲੋਕ ਆਮ ਤੌਰ 'ਤੇ ਸਾਨੂੰ ਪੁੱਛਦੇ ਸੀਗੇ ਪਿਛਲੇ 2017 ਦੇ ਵਿੱਚ, ਜਿੱਥੋਂ ਇਹ ਚੀਜ਼ ਦੁਬਾਰਾ ਡਿਵੈਲਪ ਹੋਣੀ ਸ਼ੁਰੂ ਹੋਈ। ਇਮੀਗ੍ਰੇਸ਼ਨ ਤਾਂ ਇੱਕ ਓਪਨ ਕੈਟੇਗਰੀ ਹੈ, ਉਸ ਵਿੱਚ ਕੀ ਹੈ, ਇੱਕ ਸਟੂਡੈਂਟ ਤੋਂ ਲੈ ਕੇ ਸਟੂਡੈਂਟ ਵੀਜ਼ੇ ਤੋਂ ਵੀ ਇਮੀਗ੍ਰੇਸ਼ਨ ਲੀਡ ਹੁੰਦੀ ਹੈ, ਇੱਥੋਂ ਡਾਇਰੈਕਟ ਇਮੀਗ੍ਰੇਸ਼ਨ ਵੀ ਹੁੰਦੀ ਹੈ। ਜਿਵੇਂ ਮੈਂ ਪਿਛਲੇ ਕਈ ਪ੍ਰੋਗਰਾਮਾਂ 'ਚ ਕਿਹਾ ਹੈਗਾ, ਤੁਸੀਂ ਜੇ 25 ਸਾਲ ਤੋਂ 32 ਸਾਲ ਦੀ ਉਮਰ ਦੇ ਵਿੱਚ ਹੈਗੇ ਹੋ, ਤੁਹਾਨੂੰ ਸਭ ਤੋਂ ਜ਼ਿਆਦਾ ਪੁਆਇੰਟਸ ਮਿਲਦੇ ਨੇ ਪੁਆਇੰਟ ਬੇਸ ਉੱਤੇ, ਉਸ ਤੋਂ ਬਾਅਦ ਪੁਆਇੰਟ ਘਟਣੇ ਸ਼ੁਰੂ ਹੋ ਜਾਂਦੇ ਨੇ। ਕਿ ਜੇ ਇੱਕ ਐਪਲੀਕੈਂਟ 45 ਸਾਲ ਟੱਪ ਚੁੱਕਿਆ ਅਤੇ ਸਾਰੀ ਉਮਰ ਉਹਨੇ ਮਿਹਨਤ ਕਰਕੇ ਪੈਸੇ ਕਮਾਏ ਨੇ, ਅੱਜ ਉਹ ਆਪਣੇ ਪਰਿਵਾਰ ਵਾਸਤੇ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦਾ ਹੈਗਾ, ਇੱਕ ਚੰਗੇ ਲਾਈਫ ਸਟਾਈਲ ਵਾਸਤੇ ਬੱਚਿਆਂ ਦੀ, ਕੀ ਉਹ ਐਲੀਜੀਬਲ ਨਹੀਂ ਹੋਊਗਾ ਜੇ ਉਹ 12ਵੀਂ ਕੀਤੀ ਹੈ ਜਾਂ ਉਹਦੇ ਕੋਲ ਆਲ 7 ਬੈਂਡ ਲਏ ਜਾਣੇ? ਦਾ ਆਨਸਰ ਇਜ਼ ਯੈਸ, ਹਰ ਕੋਈ ਬੰਦਾ ਐਲੀਜੀਬਲ ਹੈ ਬਾਹਰ ਜਾਣ ਦਾ ਜੇ ਉਹ ਉਸ ਕੈਟੇਗਰੀ ਦੇ ਪੈਰਾਮੀਟਰ ਨੂੰ ਪੂਰਾ ਕਰਦਾ ਹੈਗਾ। ਤਾਂ ਇਹੀ ਕੋਸ਼ਿਸ਼ ਹੈ, ਜੇ ਤੁਸੀਂ ਬਿਜ਼ਨਸਮੈਨ ਹੋ, ਉਮਰ ਤੁਹਾਡੀ 45 ਤੋਂ ਉੱਤੇ ਹੈ, ਤੁਹਾਡੇ ਕੋਲ ਪੈਸਾ ਹੈ, ਤੁਸੀਂ +2 ਪਾਸ ਹੋ, ਆਈਲੈਟਸ 7 ਬੈਂਡ ਨਹੀਂ ਆਉਣੇ, ਸਾਰੇ ਫੈਕਟਰ ਨੂੰ ਛੱਡ ਕੇ ਤੁਹਾਡੇ ਵਾਸਤੇ ਜਿਹੜੀ ਕੈਟੇਗਰੀ ਬਣੀਆਂ ਹੋਈਆਂ ਨੇ ਇਮੀਗ੍ਰੇਸ਼ਨ ਹੁੰਦੀਆਂ ਪਰਿਵਾਰ ਦੇ ਨਾਲ ਪੂਰੇ ਦੇ ਪੂਰੇ। ਤਾਂ ਇਹੀ ਆਪਣੇ ਬਹੁਤ ਸਾਰੇ ਸਵਾਲ ਲੈ ਕੇ ਆਓ। ਇਹ ਪਲੇਟਫਾਰਮ ਵਾਰ ਵਾਰ ਨਹੀਂ ਸ਼ਾਇਦ ਮਿਲਦਾ ਜਿਸ ਵਿੱਚ ਸਾਰੇ ਕੰਟਰੀ ਇੱਕੋ ਟਾਈਮ 'ਤੇ ਆ ਕੇ ਖੜ੍ਹੇ ਹੋਣ, ਤਾਂ ਕਿ ਤੁਸੀਂ ਉੱਥੇ ਆਪਸ਼ਨ ਲੈ ਸਕੋ। ਮੈਂ
ਆਸਟ੍ਰੇਲੀਆ ਇਨਵੈਸਟ ਕਰਨਾ ਜਾਂ ਯੂਕੇ ਇਨਵੈਸਟ ਕਰਨਾ, ਤਾਂ ਇੱਕ ਮੇਜਰ ਪਲੈਟਫਾਰਮ ਆ ਜਿਹੜਾ ਈਐਸਐਸ ਪ੍ਰੋਵਾਈਡ ਕਰਦਾ, ਪਿਆ ਅੱਜ ਦੀ ਡੇਟ ਦੇ ਵਿੱਚ ਇਹਦਾ ਪੂਰੇ ਦਾ ਪੂਰਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰੋ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ ਰੋਜੀ, ਧੰਨਵਾਦ। 8 ਤੋਂ ਲੈ ਕੇ 13 ਤਰੀਕ ਦੇ ਸੈਮੀਨਾਰ ਨੇ, ਇਹਨਾਂ ਦੀ ਡਿਟੇਲ ਟੀਵੀ ਸਕਰੀਨ 'ਤੇ ਫਲੈਸ਼ ਹੈ, ਤੁਸੀਂ ਕੰਟੈਕਟ ਕਰ ਸਕਦੇ ਆਪਣੇ ਦੋਸਤ ਰਣਵੀਰ ਸਿੰਘ ਨੂੰ। ਅੱਗੇ ਦੇ ਧੰਨਵਾਦ, ਸਤਿ ਸ਼੍ਰੀ ਅਕਾਲ।